हेलो सत श्री अकाल नमस्ते आदाब वेलकम टू विजन सोशल क्लब पावर्ड बाय आलिया कस्टम होम्स। अज साडा अगला एपीसोड है जी, जिहड़ा कि असी हर वार दी तरह एक तुहाडे नाल प्रोमिस कीता हुआ कि एक नवे चेहरे एक नवी सोशल मीडिया स्टार दे नाल मिलावांगे। तो अज असी मिला रहे हैं उस लड़की नाल जिन्हें बड़ी ही छोटी उम्र विच बड़ी ही उच्चियां लांघा पट्टियां ने, जिहदी कमेडी कल्ली इंडिया च नहीं हुण तां आस्ट्रेलिया न्यूजीलैंड कनेडा अमेरिका हर जगह फेमस है। मैं गल कर रहा सलोनी शरीर की, जिद आप वेलकम करते हैं। सत श्री अकाल जी, वेलकम टू द शो। सत श्री अकाल जी, की हाल चाल है जी? थैंक यू सो मच। वधिया वधिया, तुसी सुनाओ किवें? बहुत वधिया बहुत वधिया। पहला तो थानू बिलेटेड हैप्पी बर्थडे। थैंक यू सो मच। मेनू प्लीज पूरा साल विश करते रहया करो, मेनू बहुत अच्छा लगता है मेनू बर्थडे विश करना। ठीक है ठीक है, एक बारी फिर हैप्पी बर्थडे फिर। थैंक यू जी। किन्ने किन्ने गिफ्ट मिले इस बर्थडे ते? ਤੁਸੀਂ ਦੱਸੋ, ਤੁਸੀਂ ਗਿਫਟ ਦਿੱਤਾ ਮੈਨੂੰ? ਹਾਂਜੀ, ਅਸੀਂ ਸ਼ੋਅ ਲੈ ਕੇ ਆ ਗਏ ਤੁਹਾਡੇ ਪਿੱਛੇ। ਮਾਤਾ ਨੇ ਐਦਾਂ ਦੇ ਤੇ ਰੱਬ ਕਰੇ ਬਾਰ ਬਾਰ ਮੈਨੂੰ ਹੋਰ ਜ਼ਿਆਦਾ ਗਿਫਟ ਮਿਲਣ, ਪੂਰਾ ਸਾਲ ਗਿਫਟ ਮਿਲਣ। ਠੀਕ ਹੈ ਠੀਕ ਹੈ। ਤੇ ਹੋਰ ਤੁਹਾਡੀ ਲਾਈਫ ਕਿਵੇਂ ਚੱਲ ਰਹੀ ਹੈ ਜੀ? ਲਾਈਫ ਵਧੀਆ ਚੱਲ ਰਹੀ ਹੈ, ਉੱਪਰ ਵਾਲੇ ਦੀ ਮੇਰਾ ਤੇ ਚੱਲੀ ਜਾ ਰਹੀ ਹੈ। ਤੁਸੀਂ ਸਾਰੇ ਇੰਨੇ ਸ਼ੋਅਜ਼ ਲੈ ਕੇ ਆਉਂਦੇ ਹੋ, ਇੰਨੇ ਵਧੀਆ ਵਧੀਆ ਨਾਲ ਇੰਨਾ ਪਿਆਰ ਦਿੰਦੇ ਹੋ, ਉਹ ਮੈਨੂੰ ਬਹੁਤ ਅੱਛਾ ਲੱਗਦਾ। ਇਹ ਮੈਂ ਸਟਾਰਾਂ ਵਾਲੀ ਗੱਲ ਕਰਦੀ ਨਾ। ਤੁਸੀਂ ਹਮੇਸ਼ਾ ਦੂਸਰਿਆਂ ਦੀ ਇੰਟਰਵਿਊ ਕੀਤੀ ਸੀ ਤੇ ਅੱਜ ਆਪਦੀ ਇੰਟਰਵਿਊ ਦੇ ਰਹੇ ਹੋ ਪ੍ਰੋਪਰ ਇੱਕ, ਤੇ ਕਿੱਦਾਂ ਫੀਲ ਹੋ ਰਿਹਾ? ਮੈਂ ਕਦੀ ਜ਼ਿੰਦਗੀ ਚ ਨਹੀਂ ਸੀ ਸੋਚਿਆ ਰੱਖਣਾ ਸਾਹਿਬ ਤੁਹਾਡੇ ਨਾਲ ਆਮਨੇ ਸਾਹਮਣੇ ਇੱਦਾਂ ਗੱਲ ਹੋਏਗੀ। ਓਹੋ ਅੱਛਾ ਜੀ, ਤੇ ਮੈਂ ਜਿੰਨੀਆਂ ਤੁਹਾਡੀਆਂ ਇੰਟਰਵਿਊਜ਼ ਦੇਖੀਆਂ, ਤੁਸੀਂ ਹੋਰ ਵੀ ਵੱਖ ਵੱਖ ਚੈਨਲਾਂ ਤੇ ਜਿਹੜੇ ਇੰਟਰਵਿਊ ਲਿੱਤੀਆਂ ਵੀ ਆ ਤੇ ਕਮੇਡੀ ਵੀ ਕਰਦੇ ਰਹੇ ਹੋ, ਤੁਸੀਂ ਸਟੇਜ ਸ਼ੋਅ ਵੀ ਕੀਤੇ, ਅੱਜ ਕੀ ਫੀਲ ਆ ਰਿਹਾ ਵਾ ਤੁਹਾਨੂੰ? ਅੱਜ ਮੈਨੂੰ ਪਤਾ ਚੱਲ ਰਿਹਾ ਕਿ ਜਦੋਂ ਕੋਈ ਸਾਹਮਣੇ ਕੋਈ ਕੁਐਸਚਨ ਪੁੱਛਦਾ ਤੇ ਬਿਨਾਂ ਸੋਚੇ ਬਸ ਜਵਾਬ ਦੇ ਦੇਣਾ ਚਾਹੀਦਾ ਤੇ ਅਗਲੇ ਦੀ ਵੀ ਸੁਣਨੀ ਚਾਹੀਦੀ ਹੈ। ਜਿੱਦਾਂ ਹੁਣ ਮੈਂ ਤੁਹਾਡੀ ਨਹੀਂ ਨਾ ਸੁਣ ਰਹੀ, ਏਦਾਂ ਹੀ ਮੇਰੀ ਕੋਈ ਵੀ ਨਹੀਂ ਸੁਣਦਾ, ਮੈਨੂੰ ਹੋ ਰਿਹਾ ਕਿ ਨਹੀਂ ਅਗਲੇ ਦੀ ਵੀ ਸੁਣਨੀ ਚਾਹੀਦੀ ਹੈ। ਬਿਲਕੁਲ। ਤੇ ਤੁਸੀਂ ਐਕਟਰ ਵੀ ਰਹੇ ਹੋ, ਐਂਕਰ ਵੀ ਰਹੇ ਹੋ, ਤੁਸੀਂ ਕਾਰਪੋਰੇਟ 'ਚ ਵੀ ਕੰਮ ਕੀਤਾ, ਕਮੇਡੀਅਨ ਵੀ ਬਣੇ ਹੋ, ਤੇ ਕਿਹੜਾ ਤੁਹਾਨੂੰ ਲੱਗਾ ਕਿ ਸਭ ਤੋਂ ਔਖਾ ਤੇ ਸਭ ਤੋਂ ਸੌਖਾ ਕਿਹੜੀ ਜੌਬ ਸੀ? ਔਖਾ ਮੈਨੂੰ ਲੱਗਦਾ ਉਦੋਂ ਲੱਗਦਾ ਉਹ ਜਦੋਂ ਤੁਹਾਡੇ ਮਤਲਬ ਦੀ ਚੀਜ਼ ਨੇ ਨਾ ਹੁੰਦੀ, ਉਹ ਤੁਹਾਨੂੰ ਔਖੀ ਲੱਗਦੀ ਹੈ। ਤੇ ਮੈਨੂੰ ਜਿੱਦਾਂ ਕਾਮੇਡੀ ਕਰਨਾ, ਐਕਟਿੰਗ ਕਰਨਾ, ਡਰਾਮੇ ਕਰਨਾ, ਏਦਾਂ ਹੀ ਬਸ ਮਸਤੀ ਕਰਨਾ, ਉਹ ਮੈਨੂੰ ਪਸੰਦ ਹੈ। ਤੇ ਇਸ ਕਰਕੇ ਮੈਨੂੰ ਲੱਗ ਇੰਨੇ ਸਾਲ ਹੋ ਗਏ ਮੈਨੂੰ ਇਸ ਇੰਡਸਟਰੀ ਦੇ ਵਿੱਚ, ਮੈਨੂੰ ਅੱਜ ਤੱਕ ਲੱਗਿਆ ਨਹੀਂ ਕਿ ਮੈਂ ਕੰਮ ਕਰ ਰਹੀ ਹਾਂ, ਮੈਨੂੰ ਇੱਦਾਂ ਲੱਗਦਾ ਮੈਂ ਗੱਲਾਂ ਕਰਦੀ ਹਾਂ ਤੇ ਬਸ, ਮਤਲਬ ਦੈਟਸ ਇਟ। ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਹੁਣ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਸ਼ਾਮੀ ਇਵੈਂਟ ਹੋਏਗਾ ਉੱਥੇ ਚੱਲ ਜਾਵਾਂਗੇ, ਉੱਥੇ ਗੱਲਾਂ ਕਰਕੇ ਆ ਜਾਵਾਂਗੇ, ਤੇ ਮੈਨੂੰ ਇਸ ਕਦੇ ਵੀ ਕੰਮ ਨਹੀਂ ਲੱਗਾ। ਤੇ ਇਸ ਕਰਕੇ ਮੈਨੂੰ ਇੱਦਾਂ, ਮੈਂ ਹਮੇਸ਼ਾ ਇੰਜੋਏ ਕਰਦੀ ਹਾਂ, ਮੈਨੂੰ ਇੱਦਾਂ ਲੱਗਦਾ ਕਿ ਬਸ ਜੋ ਦਿਲ 'ਚ ਹੈਗਾ ਗੱਲਾਂ ਕਰ ਦਿਓ, ਬਸ ਦੈਟਸ ਇਟ, ਤੁਹਾਨੂੰ ਬਣਾਉਣੀ ਨਹੀਂ ਪੈਂਦੀ ਗੱਲ। ਬਿਲਕੁਲ ਬਿਲਕੁਲ, ਇਹ ਤਾਂ ਗੱਲ ਬਿਲਕੁਲ ਤੁਸੀਂ 16 ਨੇ ਸੱਚੀ ਕਹੀ ਹੈ। ਸਲੋਨੀ, ਮੇਰਾ ਅਗਲਾ ਕੁਐਸਚਨ ਇਹ ਹੈ ਕਿ ਤੁਸੀਂ ਕਿਹੜੀ ਉਮਰ 'ਚ ਪਹਿਲੀ ਜੌਬ ਕੀਤੀ ਸੀ? ਫਿਰ ਤੁਸੀਂ ਹਿਸਾਬ ਤਾਬ ਲਾ ਲੈਣਾ ਮੇਰੀ ਹੁਣ ਦੀ ਉਮਰ ਦਾ। ਨਹੀਂ ਨਹੀਂ, ਉਹੀ ਦੱਸ ਦੋ, ਮਤਲਬ ਉਹੀ ਦੱਸ ਦੋ ਕਿ ਆ ਇੰਨੀ ਕੇਜ ਚ ਸੀ, ਸਕੂਲ ਚ ਸੀ ਜਾਂ ਕਾਲਜ ਚ ਸੀ? ਮੈਂ ਕਾਮੇਡੀ ਤੇ ਚਲੋ ਛੋਟੇ ਹੁੰਦੇ ਤੋਂ, ਮੈਂ ਹਾਲੇ ਵੀ ਛੋਟੀ ਹਾਂ, ਬਚਪਨ ਤੋਂ ਸ਼ੁਰੂ ਕਰਦੀ ਸੀਗੀ ਤੇ ਮੈਂ ਕਾਰਪੋਰੇਟ ਜੌਬ ਸ਼ੁਰੂ ਕੀਤੀ ਸੀਗੀ ਅੱਜ ਤੋਂ ਕਿੰਨੇ ਸਾਲ ਪਹਿਲਾਂ, 15 ਸਾਲ ਤੋਂ ਉੱਪਰ ਹੋ ਗਏ, ਮਤਲਬ ਲਾਈਕ 20s ਵੀ ਨਹੀਂ ਸੀ ਟੱਚ ਕੀਤੇ ਸ਼ਾਇਦ। ਹਾਂਜੀ, ਮੈਂ ਤਾਂ ਹੀ ਇਹ ਗੱਲ ਕਹੀ, ਬਹੁਤ ਛੋਟੀ ਉਮਰੇ ਇੱਕ ਕੁੜੀ ਲਈ ਸਟਾਰਟ ਲੈਣਾ ਐਜ਼ ਅ ਕਮੇਡੀਅਨ ਬਹੁਤ ਵੱਡੀ ਚੀਜ਼ ਹੈ। ਥੈਂਕ ਯੂ ਸੋ ਮਚ ਜੀ, ਬਸ ਮੈਂ ਨਹੀਂ ਨਹੀਂ ਥੈਂਕ ਯੂ ਸੋ ਮਚ, ਮੈਨੂੰ ਮਤਲਬ ਏਦਾਂ ਲੱਗਦਾ ਕਿ ਠੀਕ ਆ, ਸਾਡੇ ਚ ਸਕਿੱਲਸ ਨੇ ਜਾਂ ਟੈਲੈਂਟ ਹੈ, ਮੈਨੂੰ ਏਦਾਂ ਲੱਗਦਾ ਜਦੋਂ ਤੱਕ ਉੱਪਰ ਵਾਲੇ ਦੀ ਮਰਜ਼ੀ ਨਹੀਂ ਨਾ ਹੁੰਦੀ, ਤੁਹਾਡੇ ਸਕਿੱਲਸ ਤੁਹਾਡੇ ਟੈਲੈਂਟ ਧਰੇ ਰਹਿ ਜਾਂਦੇ ਨੇ। ਬਿਲਕੁਲ ਬਿਲਕੁਲ। ਸਲੋਨੀ, ਹੁਣ ਆਪਾਂ ਜਿਹੜਾ ਸ਼ੋਅ ਨੂੰ ਅੱਗੇ ਵਧਾਉਂਦੇ ਹਾਂ ਅਤੇ ਆਪਣਾ ਜਿਹੜਾ ਪਹਿਲਾ ਸੈਗਮੈਂਟ ਆ BTS, ਇਹਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਤੁਹਾਡੀਆਂ ਹੀ ਕੁਛ ਸੋਹਣੀਆਂ ਜਿਹੜੀਆਂ ਤਸਵੀਰਾਂ, ਅਤੇ ਤੁਸੀਂ ਦੱਸਣਾ ਇਹਨਾਂ ਦੀ ਪਿਛਲੀ ਸਟੋਰੀ ਕੀ ਆ। ਪਹਿਲੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਮੈਂ ਘੁੰਮਣ ਗਈ ਸੀਗੀ ਤੇ ਉੱਥੇ ਮੈਂ ਐਕਟਿੰਗ ਕਰ ਰਹੀ ਸੀ, ਜਿੱਦਾਂ ਮੈਂ ਮੈਡੀਟੇਸ਼ਨ ਕਰ ਰਹੀ ਹਾਂ, ਮੈਂ ਮੈਡੀਟੇਸ਼ਨ ਕਰਨੀ ਸੀ, ਓਵਰ ਐਕਟਿੰਗ ਹੈ ਪੂਰੀ ਪੂਰੀ।
ਮੈਨੂੰ ਤਾਂ ਲੱਗਿਆ ਸ਼ਾਇਦ ਯੋਗਾ ਯੋਗਾ ਕਰ ਰਹੇ ਹੋ, ਪੂਜਾ ਕਰ ਰਹੇ ਹੋ, ਤਪੱਸਿਆ ਕਰ ਰਹੇ ਹੋ। ਨਹੀਂ ਵੈਸੇ ਮੈਂ ਯੋਗਾ ਵੀ ਕਰਦੀ ਹਾਂ, ਵੈਸੇ ਮੈਂ ਪੂਜਾ ਵੀ ਕਰਦੀ ਹਾਂ। ਮੈਨੂੰ ਤਾਂ ਲੱਗਦਾ ਕਿ ਪੂਜਾ ਮਤਲਬ ਤੁਸੀਂ ਕਿਸੇ ਦਾ ਮਾੜਾ ਨਹੀਂ ਨਾ ਕੀਤਾ, ਉਹ ਪੂਜਾ ਦੇ ਬਰਾਬਰ ਹੈ। ਤੂੰ ਭਾਵੇਂ ਦਿਖਾਓ ਨਾ ਦਿਖਾਓ ਬਾਬਾ ਕਿ ਤੁਸੀਂ ਕਿਸੇ ਦਾ ਮਾੜਾ ਨਾ ਕਰੋ ਪੂਜਾ, ਪਰ ਇਹ ਸ਼ਰੇਆਮ ਓਵਰ ਐਕਟਿੰਗ ਹੈ ਮੈਂ ਕੀਤੀ। ਉਹ ਮਤਲਬ ਨਹੀਂ ਤੁਸੀਂ ਕਿੱਥੋਂ ਕਰਨੀ ਫੋਟੋ, ਥੈਂਕ ਯੂ। ਪਰ ਮੈਨੂੰ ਇਹ ਲੱਗਦਾ ਨਾ ਤੁਹਾਡਾ ਇਹ ਸਿਗਨੇਚਰ ਕਿਸੇ ਨੇ ਚੋਰੀ ਕਰ ਲਿਆ। ਪਿੱਛੇ ਜੇ ਇੱਕ ਆਪਣੇ ਮਿਨਿਸਟਰ ਨੇ, ਉਹਨਾਂ ਦੀ ਵੀ ਫੋਟੋ ਜਿਹੜੀ ਆਈ ਸੀਗੀ ਉਹ ਵੀ ਐਂਦਾ ਭਗਤੀ ਕਰ ਰਹੇ ਪਰ ਐਨਕਾਂ ਲਾ ਕੇ। ਦੇਖੋ ਮੈਨੂੰ ਆਪਣਾ ਪਤਾ ਕਿ ਮੈਂ ਤੇ ਡਰਾਮਾ ਕਰ ਰਹੀ ਸੀ, ਮੈਂ ਹੋਰ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੀ। ਨੋ ਕਮੈਂਟਸ, ਮੈਂ ਪੂਰਾ ਪੂਰਾ ਡਰਾਮਾ ਕੀਤਾ ਫੋਟੋ 'ਚ। ਠੀਕ ਹੈ, ਹੁਣ ਇਹਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਅਗਲੀ ਤਸਵੀਰ ਤੁਹਾਡੀ। ਇਹ ਵੀ ਕੁਝ ਸਾਲ ਪੁਰਾਣੀ ਆ। ਮੈਂ ਸ਼ੋਅ ਕੀਤਾ ਸੀਗਾ ਕਿਸੇ ਚੈਨਲ ਲਈ, ਉਹਦੇ ਵਿੱਚ ਮੈਂ ਸਟੋਰੀ ਟੈਲਿੰਗ ਵੱਖਰੇ ਵੱਖਰੇ ਸਟੇਟਸ ਵਿੱਚ ਜਾ ਕੇ, ਵੱਖਰੀ ਵੱਖਰੀ ਸਿਟੀਜ਼ ਵਿੱਚ ਜਾ ਕੇ, ਤੇ ਆਪਾਂ ਪ੍ਰਮੋਸ਼ਨ ਸੀਗੀ ਕਿਸੇ ਚੈਨਲ ਦੀ, ਉਹ ਕਰਨੀ ਸੀਗੀ। ਪਲੱਸ ਉਹਦੇ ਵਿੱਚ ਸਟੋਰੀ ਟੈਲਿੰਗ ਸੀਗੀ, ਤੇ ਛੋਟੇ ਛੋਟੇ ਬੱਚਿਆਂ ਦੇ ਨਾਲ ਨਾ ਉਹਨਾਂ ਨੂੰ ਜਾ ਕੇ ਸਟੋਰੀ ਸੁਣਾਉਣੀਆਂ, ਤੇ ਉਹਨਾਂ ਅੱਗੋਂ ਉਹਨਾਂ ਨੇ ਰਿਸਪੋਂਸ ਕਰਨਾ। ਮੈਨੂੰ ਬਹੁਤ ਅੱਛਾ ਲੱਗਦਾ ਜਦੋਂ, ਸਪੈਸ਼ਲੀ ਜਦੋਂ ਬੱਚਿਆਂ ਨਾਲ, ਮੈਨੂੰ ਤਾਂ ਲੱਗਦਾ ਉਹਨਾਂ ਦਾ ਮਨ ਬਿਲਕੁਲ ਸਾਫ਼ ਹੁੰਦਾ, ਤੁਹਾਨੂੰ ਜੱਜ ਨਹੀਂ ਕਰ ਰਹੇ ਹੁੰਦੇ, ਬਸ ਤੁਹਾਡੀ ਸੁਣ ਰਹੇ ਹੁੰਦੇ ਆ, ਤੇ ਜੋ ਉਹਨਾਂ ਦੇ ਦਿਲ 'ਚ ਹੁੰਦਾ ਉਹ ਬਸ ਬੋਲ ਦਿੰਦੇ ਆ, ਤੇ ਇੰਨਾ ਪਿਆਰਾ ਰਿਸਪੋਂਸ ਸੀਗਾ, ਮੈਨੂੰ ਬਹੁਤ ਅੱਛਾ ਲੱਗਾ ਸੀਗਾ। ਥੈਂਕ ਯੂ, ਇਹ ਫੋਟੋ ਮੈਨੂੰ ਦੁਬਾਰਾ ਦਿਖਾਉਣ ਲਈ, ਮੈਨੂੰ ਯਾਦ ਆ ਗਿਆ। ਬਚਪਨ ਜਿਹੜਾ ਸਕੂਲ ਹੁੰਦਾ ਨਾ, ਮੈਨੂੰ ਐਂ ਲੱਗਦਾ ਕਿ ਸਕੂਲ ਇੱਕ ਇਹੋ ਜਿਹੀ ਜਗ੍ਹਾ ਜਿਹਦੀਆਂ ਯਾਦਾਂ ਸਾਰੀ ਉਮਰ ਨਹੀਂ ਬੰਦਾ ਭੁੱਲ ਸਕਦਾ, ਸਕੂਲ ਤੇ ਕਾਲਜ। ਹਾਂਜੀ, ਨਹੀਂ ਮੈਂ ਆਪ ਵੀ ਜਦੋਂ ਸਕੂਲ 'ਚ ਸੀ ਉਹ ਵੀ ਯਾਦਾਂ ਵੀ ਮੈਨੂੰ ਬਹੁਤ, ਜਦੋਂ ਵੀ ਯਾਦ ਕਰਦੀ ਹਾਂ ਬਹੁਤ ਅੱਛੀਆਂ ਲੱਗਦੀਆਂ। ਤੇ ਜਦੋਂ ਮੈਂ ਸਕੂਲਸ ਵਿੱਚ ਜਿੱਦਾਂ ਸ਼ੋਅਸ ਕਰਦੀ ਸੀ ਸਕੂਲਸ ਜਾਂ ਕਾਲਜਸ ਵਿੱਚ, ਉੱਥੇ ਉਹ ਦੁਬਾਰਾ ਤਾਜ਼ਾ ਹੋ ਜਾਂਦੀਆਂ ਸੀ ਯਾਦਾਂ। ਤੇ ਜਦੋਂ ਕੋਈ ਸੇਮ ਉੱਦਾਂ ਦੀ ਗੱਲ ਕਰ ਦਿੰਦਾ ਸੀ ਨਾ ਜਿੱਦਾਂ ਆਪਾਂ ਕਰਦੇ ਸੀਗੇ, ਮੈਨੂੰ ਲੱਗਦਾ ਸੀ ਇਹ ਉਹੀ ਗੱਲਾਂ ਨੇ ਜਿਹੜੀਆਂ ਆਪਾਂ ਕਰਦੇ ਸੀਗੇ। ਬਿਲਕੁਲ ਬਿਲਕੁਲ। ਅਗਲੀ ਫੋਟੋ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਕਿ ਇਹ ਵੀ ਦੱਸਿਓ ਇੱਕ। ਤੁਸੀਂ ਦੇਖ ਰਹੇ ਹੋਣੇ ਹੋ ਪੀਟੀਸੀ ਪੰਜਾਬੀ ਦਾ ਛੋਟਾ ਚੈਮ ਸੀਜ਼ਨ 2 ਸੀਗਾ। ਇਹਦੇ ਵਿੱਚ ਮੈਂ ਸਾਹਿਲ ਜੀ, ਹਾਂਜੀ ਸਾਹਿਲ ਜੀ ਦੇ ਨਾਲ ਉਹ ਹੋਸਟ ਕਰ ਰਹੇ ਸੀਗੇ, ਤੇ ਵਿੱਚ ਵਿੱਚ ਛੁਰਲੀਆਂ ਜਿਹੀਆਂ ਲੈ ਕੇ ਆ ਰਹੀ ਸੀਗੀ, ਕਾਮੇਡੀ ਕਰ ਰਹੀ ਸੀ। ਮੈਂ ਨਰਸ ਬਣੀ ਸੀਗੀ, ਤੇ ਤੁਸੀਂ ਦੇਖ ਰਹੇ ਹੋ ਇੰਨੀ ਪਤਲੀ ਨਰਸ ਨੂੰ ਆਪ ਡਾਇਟ ਦੀ ਲੋੜ ਸੀਗੀ ਉਸਲੇ, ਹੁਣ ਤੇ ਮੈਂ ਮੋਟੀ ਹੋ ਗਈ ਹਾਂ। ਉਸਲੇ ਤੁਸੀਂ ਦੇਖ ਸਕਦੇ ਕਿੰਨਾ ਫਰਕ ਹੈ ਬਿਫੋਰ ਐਂਡ ਆਫਟਰ। ਬਿਨਾ ਜਿੱਦਾਂ ਭੁੱਖ ਮਰੀ ਹੁੰਦੀ ਹੈ ਨਾ ਬੰਦੇ ਦੀ ਪਈ ਹੁੰਦੀ, ਤੇ ਬਾਅਦ ਚ ਭੁੱਖ ਮਰੀ ਪਈ ਹੁੰਦੀ ਹੈ ਬੰਦੇ ਦੀ ਪਹਿਲਾਂ। ਤੇ ਪੀਟੀਸੀ ਦੀ ਯਾਦ ਹੈ ਜੀ ਬਹੁਤ ਪਿਆਰੀ, ਤੇ ਮੈਂ ਪੀਟੀਸੀ ਦਾ ਜਿੰਨਾ ਜ਼ਿਆਦਾ ਕਹਿੰਦੇ ਨਾ ਕਿ ਤਾਰੀਫ ਕਰਾਂ ਜਾਂ ਸ਼ੁਕਰੀਆ ਅਦਾ ਕਰਾਂ ਉਹਨਾਂ ਘੱਟ ਹੈ, ਕਿਉਂਕਿ ਉਹਨਾਂ ਉਸ ਚੈਨਲ ਨਾਲ ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਸੀਜ਼ਨ 2 ਜਿਹੜਾ ਸੀਗਾ, ਤੇ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਮੈਨੂੰ ਸਿੱਖਣ ਨੂੰ ਮਿਲਿਆ, ਇੰਨਾ ਜ਼ਿਆਦਾ ਸਪੋਰਟ ਕੀਤਾ ਉਹਨਾਂ ਨੇ ਮੈਨੂੰ। ਪਲੱਸ ਜਿਹੜਾ ਟੈਗ ਲੱਗ ਗਿਆ ਨਾ ਮੈਨੂੰ ਪੀਟੀਸੀ ਦਾ, ਉਹਨੇ ਮੈਨੂੰ ਸਾਰੀ ਉਮਰ ਰੋਟੀ ਲਾਤੀ ਕਹਿ ਲਓ। ਬਿਲਕੁਲ ਬਿਲਕੁਲ। ਪਰ ਮੈਂ ਇੱਕ ਫੋਟੋ ਬਾਰੇ ਪੁੱਛਣਾ ਚਾਹੁੰਦਾ, ਮੈਨੂੰ ਐ ਲੱਗਿਆ ਜਿਵੇਂ ਤੁਸੀਂ ਇੱਥੇ ਸੋਲਰ ਦਾ ਕੁਝ ਲਾਇਆ ਹੋਇਆ ਸ਼ਾਇਦ। ਮੇਰੀ ਗੱਲ ਸੁਣੋ, ਹੁਣ ਜੇ ਆਪਾਂ ਥੋੜਾ ਬਹੁਤ ਕਾਮੇਡੀ ਤੋਂ ਪੈਸਾ ਕਮਾ ਰਹੇ ਤੁਸੀਂ ਸ਼ੁਰੂ ਹੋ ਗਏ, ਹੁਣ ਹਾਲਾ ਤੁਹਾਨੂੰ ਆਊਟ ਆਫ ਜੈਲਸੀ ਤੁਸੀਂ ਸ਼ੁਰੂ ਹੋ ਗਏ ਵੀ ਆਪਾਂ ਵੀ ਕਰ ਲਈਏ। ਉਹ ਨਹੀਂ ਨਹੀਂ, ਮੈਂ ਕਹਿ ਜੀ ਜੇ ਤੁਸੀਂ ਸਾਰੇ ਰੋਟੀ ਪਏ ਹੋ, ਮੈਂ ਵੀ ਇੱਕ ਅੱਧੀ ਰੋਟੀ ਅੱਧੀ ਅੱਧੀ ਬ੍ਰੈਡ ਬਰੁੱਡ ਮੈਂ ਵੀ ਆਪ ਦੀ ਬਣਾਈ ਲਵਾਂ। ਉਹ ਕਹਿੰਦੇ ਨਾ ਮਸਲਾ ਸਾਰਾ ਰੋਟੀ ਦਾ, ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਹੀ ਹੁਣ ਅਗਲੀ ਫੋਟੋ ਦਿਖਾਉਂਦੇ ਹਾਂ ਤੁਹਾਨੂੰ। ਓਕੇ, ਜੈ ਹਿੰਦ ਸਰਦਾਰ ਸਾਹਿਬ। ਥੈਂਕ ਯੂ ਸੋ ਮਚ। ਮੈਨੂੰ ਨਾ ਸੱਚੀ ਮੈਨੇ ਹੁੰਦਾ ਨਾ ਕਿ ਤੁਸੀਂ ਆਪਣੀ ਫੋਟੋ ਦੀ ਦੇਰ ਬਾਅਦ ਦੇਖੋ ਤੇ ਕਿੰਨਾ ਅੱਛਾ ਲੱਗਦਾ। ਇਹ ਮੈਂ ਹਾਕੀ ਪਲੇਅਰ ਬਣੀ ਸੀਗੀ, ਡੀਡੀ ਕਿਸਾਨ ਦਾ ਸ਼ੋਅ ਸੀਗਾ, ਹਸਨਾ ਔਰ ਹਸਾਨਾ, ਹਸਾਨੇ ਕਾ ਮੁਖੀਆ ਕੌਣ ਸੀਗਾ, ਤੇ ਹਸਨਾ ਔਰ ਹਸਾਨਾ ਮੈਂ ਇੱਥੇ ਇੱਕ ਸ਼ੋਅ ਕਰ ਰਹੀ ਹਾਂ। ਤੇ ਹਸਾਨੇ ਕਾ ਮੁਖੀਆ ਕੌਣ ਸ਼ੋਅ ਸੀਗਾ, ਉਹਦੇ ਵਿੱਚ ਉਹਦੇ ਵੀ ਫਾਈਨਲੀ ਸੀਗੀ ਮੈਂ, ਤੇ ਉਹ ਤੇ ਉਹਦੇ ਰਨਰ ਅਪ ਸੀਗੀ, ਤੇ ਇਹ ਉਹਦੇ ਵਿੱਚ ਮੈਂ ਹਾਕੀ ਪਲੇਅਰ ਬਣੀ ਸੀਗੀ। ਤੇ ਸਾਰਾ ਜਿਹੜਾ ਕ੍ਰੈਡਿਟ ਹੈ ਮੈਂ ਕ੍ਰੀਏਟਿਵ ਟੀਮ ਨੂੰ ਦਾਂਗੀ। ਕ੍ਰੀਏਟਿਵ ਟੀਮ ਦੇ ਵਿੱਚ ਮੇਰਾ ਸਾਰਿਆਂ ਨੇ ਬਹੁਤ ਸਪੋਰਟ ਕੀਤਾ, ਤੇ ਉਹਨਾਂ ਨੇ ਮੈਨੂੰ ਆਈਡੀਆਜ਼ ਦਿੱਤੇ, ਉਹਨਾਂ ਨੇ ਮੈਨੂੰ ਦੇਖ ਕੇ ਕਿਹਾ ਕਿ ਆਹ ਤੂੰ ਏਦਾਂ ਏਦਾਂ ਕਰ ਸਕਦੀ ਹੈ, ਤੇ ਉਹਨਾਂ ਨੇ ਮੈਨੂੰ ਜਿੱਦਾਂ ਜਿੱਦਾਂ ਕਿਹਾ ਮੈਂ ਉਦਾਂ ਕੀਤਾ, ਤੇ ਉਹ ਕਰੈਕਟਰ ਇੰਨਾ ਅੱਛਾ ਨਿਖਰ ਕੇ ਆਇਆ ਨਾ, ਤੇ ਥੈਂਕ ਯੂ ਸੋ ਮਚ। ਪਲੱਸ ਜਿਹੜੀ ਕ੍ਰੀਏਟਿਵ ਟੀਮ ਸੀ ਜਿਹਨਾਂ ਨਾਲ ਬਹਿ ਕੇ ਆਪਾਂ ਮੈਨੂੰ ਸੁਜੈਸਟ ਕੀਤਾ ਸੀਗਾ ਇਹ ਸਾਰਾ। ਠੀਕ ਹੈ ਜੀ। ਪਰ ਜਿਹੜਾ ਇਹ ਹੁਣ ਤੁਸੀਂ ਮੇਰੇ ਖਿਆਲ ਹਾਕੀ ਨੂੰ ਪ੍ਰਮੋਟ ਕਰ ਰਹੇ ਹੋ, ਹਾਕੀ 'ਚ ਜਿਹੜਾ ਇੰਡੀਆ ਟੀਮ ਨੇ ਬਹੁਤ ਵਧੀਆ ਪਰਫੋਰਮ ਕੀਤਾ ਸੀਗਾ, ਅਤੇ ਮਹਿਲਾ ਹਾਕੀ ਟੀਮ ਨੇ ਵੀ ਬਹੁਤ ਵਧੀਆ ਪਰਫੋਰਮ ਕੀਤਾ, ਅਤੇ ਤੁਸੀਂ ਕੀ ਉਹਨਾਂ ਨੂੰ ਸਪੋਰਟ ਕਰਦੇ ਹੋ, ਕਦੇ ਉਹਨਾਂ ਦਾ ਮੈਚ ਮੂਚ ਦੇਖਿਆ ਕੋਈ ਕਿ ਨਹੀਂ ਦੇਖਿਆ? ਨਹੀਂ ਨਹੀਂ, ਹਾਕੀ ਦੇ ਲੱਤਾਂ ਲੱਤਾਂ ਤੋੜਨ ਨੂੰ ਰੱਖੀ ਹੈ। ਓ ਅੱਛਾ, ਮੈਂ ਕਿਹਾ ਸ਼ਾਇਦ ਕਮੇਡੀ ਭੰਨਣ ਲਈ ਰੱਖੀ ਹੋਈ ਹੈ ਕਮੇਡੀਅਨਸ ਦੀ। ਨਹੀਂ ਨਹੀਂ, ਪੰਗੇ ਫਿਰ ਕੋਈ ਪੰਗੇ ਲੈਣਾ, ਤੇ ਫਿਰ ਮਤਲਬ ਤੁਸੀਂ ਸਮਝ ਨਾ ਹੁੰਦੀ ਸੀ ਜੇ ਮੈਨੂੰ ਕੋਈ ਗਲਤ ਕੁਐਸਚਨ ਪੁੱਛਿਆ ਤੇ।
ਹਾਕੀ ਹਲੇ ਵੀ ਮੇਰੇ ਕੋਲ ਪਈ ਹੈ ਠੀਕ ਹੈ ਮੈਂ ਡਰ ਗਿਆ ਠੀਕ ਹੈ ਹੁਣ ਅਗਲੀ ਫੋਟੋ ਵੀ ਦੇਖਦੇ ਹਾਂ ਹੁਣ ਦੇਖਦੇ ਹੀ ਅਗਲੀ ਫੋਟੋ ਤੁਹਾਡੀ ਹਾਂ ਓਕੇ ਵਾਹ ਤੁਸੀਂ ਕਿੱਥੋਂ ਚੁਣ ਚੁਣ ਕੇ ਫੋਟੋਆਂ ਲਿਆਂਦੀਆਂ ਗੁਰਚੇ ਚਿੱਤਰਕਾਰ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਪਿੱਛੇ ਦੇਖ ਸਕਦੇ ਹੋ ਸੱਚ ਦੀ ਅਦਾਲਤ ਸ਼ੋਅ ਸੀਗਾ ਇਹਨਾਂ ਦਾ ਨਾਮ ਮੇਰਾ ਤੇ ਇਹਨਾਂ ਦਾ ਸ਼ੋਅ ਸੀਗਾ ਉਹਦੇ ਵਿੱਚ ਮੈਂ ਰਾਧੇ ਮਾਂ ਬਣੀ ਸੀਗੀ ਆਪਾਂ ਕਰੈਕਟਰ ਦਾ ਨਾਮ ਉਸਨੇ ਮਾਧੇ ਮਾਂ ਰੱਖਿਆ ਸੀਗਾ ਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿੱਦਾਂ ਐਗਜੈਕਟਲੀ ਉਹ ਜਿੱਦਾਂ ਗੋਦ ਵਿੱਚ ਚੜ ਕੇ ਆਉਂਦੇ ਆ ਉਹਨਾਂ ਦੇ ਭਗਤ ਲੈ ਕੇ ਆਉਂਦੇ ਨਾ ਤੇ ਓਦਾਂ ਉਹ ਸੀਨ ਸੀਗਾ ਤੇ ਮੇਰੀ ਐਂਟਰੀ ਸੀਗੀ ਤੇ ਗਲੋਬਲ ਪੰਜਾਬ ਟੀਵੀ ਦਾ ਵੀ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਅਮਰੀਕਾ ਕੈਨੇਡਾ ਦੇ ਵਿੱਚ ਤੁਸੀਂ ਦੇਖਦੇ ਹੋ ਚੈਨਲ ਹੈ ਨਾ ਤੇ ਉਹਨਾਂ ਦੇ ਨਾਲ ਮੈਂ ਜਦੋਂ ਕੰਮ ਕੀਤਾ ਉਹਨਾਂ ਦੀ ਵੀ ਟੀਮ ਬਹੁਤ ਜ਼ਿਆਦਾ ਵਧੀਆ ਸੀਗੀ ਇੰਨੀ ਸਪੋਰਟਿਵ ਇੰਨਾ ਕੁਝ ਸਿੱਖਣ ਨੂੰ ਮਿਲਿਆ ਤੇ ਗੁਰਚੇਤ ਚਿੱਤਰਕਾਰ ਜੀ ਦੇ ਨਾਲ ਕੰਮ ਕਰਕੇ ਵੀ ਮੈਨੂੰ ਆਪਣੇ ਆਪ 'ਚ ਵੀ ਬਹੁਤ ਅੱਛਾ ਲੱਗਿਆ ਉਹਨਾਂ ਦੀ ਲੈਂਗੁਏਜ ਥੋੜੀ ਮੇਰੇ ਨਾਲੋਂ ਅਲੱਗ ਹੈ ਮੇਰੀ ਪਠਾਨਕੋਟ ਦੀ ਹੈ ਤੇ ਉਹਨਾਂ ਦੀ ਉਹ ਕੀ ਕਰਦੀ ਪਈ ਸੀ ਉਹਨਾਂ ਦੀ ਲੈਂਗੁਏਜ ਹੈ ਉਹਨਾਂ ਨੇ ਜਦੋਂ ਮੈਨੂੰ ਸਕ੍ਰਿਪਟ ਦਿੱਤੀ ਤੇ ਮੈਨੂੰ ਥੋੜੀ ਅਜੀਬ ਲੱਗੀ ਬਟ ਉਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਤਾਂ ਉਹਨਾਂ ਦੀ ਰਾਈਟਿੰਗ ਟੀਮ ਵੀ ਬਹੁਤ ਜ਼ਬਰਦਸਤ ਹੈ ਬਿਲਕੁਲ ਬਿਲਕੁਲ ਉਹਨਾਂ ਦੇ ਮੇਰੇ ਖਿਆਲ ਅੱਜ ਤੋਂ ਹੁਣ ਜੇ ਗੱਲ ਕਰੀਏ ਤਾਂ 15 ਸਾਲ ਤੋਂ ਉਹਨਾਂ ਨੂੰ ਆਪਦੀ ਉਹ ਜਿਹੜੀ ਇੱਕ ਸੀਰੀਜ਼ ਬਣਾ ਰਹੇ ਉਹੀ ਹੋ ਗਿਆ ਵਾ ਫੈਮਿਲੀ ਹਾਂਜੀ ਫੈਮਿਲੀ ਜਿਹੜੀ ਸੀਰੀਜ਼ ਚੱਲ ਰਹੀ ਹੈ ਉਹਨਾਂ ਦੀ ਬਹੁਤ ਵਧੀਆ ਸੁਣੀ ਇਹਦੇ ਨਾਲ ਹੀ ਆਪਣਾ ਜਿਹੜਾ ਪਹਿਲਾ ਸੈਗਮੈਂਟ ਆ BTS ਇਹ ਖਤਮ ਹੁੰਦਾ ਵਾ ਤੇ ਬਹੁਤ ਹੀ ਵਧੀਆ ਤੁਸੀਂ ਜਿਹੜੀ ਜਿਹੜੀ ਆਪਦੀ ਮੈਮਰੀ ਦੀ ਜਿਹੜੇ ਨਾਲ ਐਡ ਕਰਤੀ ਨਾ ਸਕ੍ਰਿਪਟ ਤੇ ਸਟੋਰੀ ਉਹ ਤਾਂ ਨਜ਼ਾਰਾ ਹੀ ਲਿਆਤਾ ਅੱਜ ਥੈਂਕ ਯੂ ਸੋ ਮਚ ਮੈਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਕਿੰਨਾ ਅੱਛਾ ਲੱਗਿਆ ਤੁਹਾਡੇ ਸ਼ੋਅ ਦਾ ਫਾਰਮੈਟ ਮੈਨੂੰ ਬੜਾ ਅੱਛਾ ਲੱਗਿਆ ਇੱਕਦਮ ਤੁਸੀਂ ਤੇ ਫੀਲਿੰਗ ਤੇ ਵਾਦੀ ਸੈਲੀਬ੍ਰਿਟੀ ਵਾਲੀ ਫੋਟੋਜ਼ ਪੁਰਾਣੀਆਂ ਦਿਖਾ ਕੇ ਨਾਲ ਉਹਨਾਂ ਨਾਲ ਯਾਦਾਂ ਔਰ ਫੋਟੋਜ਼ ਵੀ ਤੁਸੀਂ ਉਹ ਚੁਣੀਆਂ ਮਤਲਬ ਮੈਨੂੰ ਤਾਂ ਲੱਗਾ ਆਪ ਵਾਪਸ ਚੱਲ ਗਈ ਮੈਂ ਕਿ ਹੁਣ ਜਦ ਤੁਸੀਂ ਇਸ ਸੈਲੀਬ੍ਰਿਟੀ ਬਣ ਚੁੱਕੇ ਹੋ ਕਿੱਦਾਂ ਦਾ ਫੀਲ ਹੁੰਦਾ ਵਾ ਕਿ ਇੱਕ ਕੁੜੀ ਲਈ ਇੱਕ ਛੋਟੇ ਸ਼ਹਿਰ ਤੋਂ ਵੱਡੀ ਜਗ੍ਹਾ ਜਾ ਕੇ ਐਡੀ ਵੱਡੀ ਲਾਂਘ ਕੁੱਟਣੀ ਕਿਵੇਂ ਦਾ ਰਿਹਾ ਤੁਹਾਡਾ ਸਫ਼ਰ ਤੇ ਕਿਵੇਂ ਸ਼ੁਰੂ ਹੋਇਆ ਇਹ ਤੇ ਕਹਿਣ ਦੀਆਂ ਗੱਲਾਂ ਨੇ ਸੈਲੀਬ੍ਰਿਟੀ ਬਣ ਗਈ ਜਾਂ ਸਟਾਰ ਬਣ ਗਿਆ ਹਨਾ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਦਿਲੋਂ ਦੇਸੀ ਬੰਦਾ ਜੀ ਮੈਨੂੰ ਠੀਕ ਆ ਉਦਾਂ ਫੁਕਰੀ ਮਾਰ ਲਈ ਦੀ ਆ ਬਟ ਮੈਂ ਕਹਿੰਦੇ ਨਾ ਇਨਸਾਈਡ ਤੁਸੀਂ ਜਿਹੜਾ ਕਹਿੰਦੇ ਆ ਦਿਲ ਦਾ ਜੋ ਦੇਖੋਗੇ ਤੁਸੀਂ ਹਾਲ ਉਹ ਜਮਾ ਹੀ ਦੇਸੀ ਆ ਕੋਈ ਸੈਲੀਬ੍ਰਿਟੀ ਨੀ ਕੋਈ ਸਟਾਰ ਨੀ ਇਹ ਤੇ ਉਹ ਉੱਪਰ ਵਾਲੇ ਦੀ ਮਿਹਰ ਹੁੰਦੀ ਆ ਤੁਹਾਨੂੰ ਜਿੱਥੇ ਮੇਰੇ ਨਾਲ ਕਈ ਆਰਟਿਸਟ ਨੇ ਜਾਂ ਕਹਿ ਲਓ ਮੇਰੇ ਨਾਲ ਵੀ ਬਹੁਤ ਬਹੁਤ ਵਧੀਆ ਹੋਣਗੇ ਹਨਾ ਤੇ ਇਹ ਡਿਪੈਂਡ ਕਰਦਾ ਤੁਹਾਨੂੰ ਮੌਕਾ ਕਿੱਦਾਂ ਦਾ ਮਿਲਿਆ ਜਾਂ ਤੁਹਾਨੂੰ ਅੱਗੇ ਸਪੋਰਟ ਕਿੱਦਾਂ ਦੀ ਮਿਲੀ ਬਾਕੀ ਤੁਹਾਡੇ ਸਟਾਰਸ ਹਨਾ ਤੇ ਮੇਰੇ ਘਰਦਿਆਂ ਦੀ ਮੈਨੂੰ ਇੰਨੀ ਸਪੋਰਟ ਰਹੀ ਹੈ ਨਾ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਸਟਾਰ ਹੋਏਗੀ ਟੀਵੀ 'ਚ ਹੋਏਗੀ ਉਹ ਤੇ ਮੈਨੂੰ ਕੁਛ ਸਮਝਦੇ ਹੀ ਨਹੀਂ ਹੈ ਤੇ ਇਸ ਕਰਕੇ ਸਟਾਰਸ ਟੂ ਮੈਨੂੰ ਲੱਗਦਾ ਕੁਛ ਨਹੀਂ ਹੁੰਦਾ ਜਦੋਂ ਉੱਪਰ ਵਾਲੇ ਨੇ ਮਿਹਰ ਕਰਤੀ ਤੁਸੀਂ ਸਟਾਰ ਹੋ ਜੇ ਹਨਾ ਤੇ ਵੈਸੇ ਬਹੁਤ ਅੱਛਾ ਲੱਗਦਾ ਜਦੋਂ ਆਡੀਅੰਸ ਇੰਨਾ ਪਿਆਰ ਦਿੰਦੀ ਤੁਸੀਂ ਸ਼ੋਜ਼ ਵਿੱਚ ਜਾਂਦੇ ਹੋ ਇੰਨੀਆਂ ਬਲੈਸਿੰਗਸ ਮਿਲਦੀਆਂ ਮੈਨੂੰ ਲੱਗਦਾ ਉਹ ਦੁਆਵਾਂ ਤੁਹਾਨੂੰ ਜ਼ਿੰਦਗੀ ਭਰ ਤੁਹਾਡੇ ਕੰਮ ਆਉਂਦੀਆਂ ਤੇ ਬਾਕੀ ਠੀਕ ਹੈ ਤੁਹਾਡਾ ਜਿਹੜਾ ਟੈਲੈਂਟ ਹੁੰਦਾ ਤੁਸੀਂ ਮੈਨੂੰ ਇੱਦਾਂ ਲੱਗਦਾ ਮੈਨ ਇਜ਼ ਆਲਵੇਜ਼ ਅ ਲਰਨਰ ਮੈਨੂੰ ਹਾਲੇ ਵੀ ਲੱਗਦਾ ਮੈਨੂੰ ਬਹੁਤ ਕੁਝ ਸਿੱਖਣਾ ਤੇ ਮੈਂ ਹਰ ਵਾਰੀ ਕੋਸ਼ਿਸ਼ ਕਰਦੀ ਕਿਸੇ ਵੀ ਸੈੱਟ ਤੇ ਹੋਵਾਂ ਜਾਂ ਕਿਸੇ ਵੀ ਸ਼ੋਅ ਤੇ ਜਾਵਾਂ ਜਾਂ ਇਵੈਂਟ ਤੇ ਜਾਵਾਂ ਮੈਂ ਕੋਈ ਨਾ ਕੋਈ ਗੱਲ ਸਿੱਖ ਕੇ ਜ਼ਰੂਰ ਆਉਂਦੀ ਹਾਂ ਸਟੇਜ ਤੋਂ ਸਲੋਨੀ ਹਰੇਕ ਦੀ ਲਾਈਫ 'ਚ ਇੱਕ ਮੂਮੈਂਟ ਹੁੰਦਾ ਜਦੋਂ ਉਹਨਾਂ ਦੀ ਲਾਈਫ ਚੇਂਜਿੰਗ ਮੂਮੈਂਟ ਹੁੰਦਾ ਤੇ ਤੁਹਾਡੀ ਲਾਈਫ ਦੇ ਵਿੱਚ ਇੱਕ ਮੂਮੈਂਟ ਕਦੋਂ ਆਇਆ ਸੀ ਤੇ ਉਹਦੀ ਕੋਈ ਸਾਡੇ ਨਾਲ ਸਟੋਰੀ ਸਾਂਝੀ ਕਰੋ ਕਿ ਲਾਈਫ ਦੇ ਕਦੋਂ ਆਇਆ ਹੋਇਆ ਮੂਡ ਕੱਟਿਆ ਤੁਹਾਡੀ ਨੇ ਮੈਂ ਜਦੋਂ ਮੈਂ ਚੈਨਲਸ ਨਾਲ ਕੰਮ ਸ਼ੁਰੂ ਕੀਤਾ ਮੈਂ ਉਸ ਚੀਜ਼ ਨੂੰ ਇੱਕ ਇਹੀ ਮੋੜ ਕਹਾਂਗੀ ਜਿਹਨੇ ਮੇਰੀ ਲਾਈਫ ਬਦਲਤੀ ਜਿੱਦਾਂ ਮੈਂ ਦੱਸਿਆ ਕਿ PTC ਪੰਜਾਬੀ ਨਾਲ ਮੈਂ ਸਟਾਰਟ ਕੀਤਾ ਸੀਗਾ ਤੇ ਟੱਚਵੁੱਡ ਉਹਨਾਂ ਨਾਲ ਮੈਂ ਸਟਾਰਟ ਕੀਤਾ ਆਡੀਸ਼ਨਸ ਦਿੱਤੇ ਤੇ ਉਸ ਸੈਕਿੰਡ ਸੀਜ਼ਨ ਦੀ ਮੈਂ ਫਾਈਨਲਿਸਟ ਰਹੀ ਤੇ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਲੱਗਾ ਉਹ 10 ਤੋਂ ਉੱਪਰ ਸਾਲ ਹੋ ਗਏ ਕਿ ਉਹ ਕਿੱਦਾਂ ਨਿਕਲ ਗਿਆ ਟਾਈਮ ਮੈਨੂੰ ਆਪੇ ਨਹੀਂ ਪਤਾ ਚੱਲਿਆ ਤੇ ਉਸ ਚੀਜ਼ ਨੂੰ ਮੈਂ ਜ਼ਰੂਰ ਕਹਾਂਗੀ ਕਿ ਉਸ ਚੀਜ਼ ਨੇ ਜਿਹੜਾ ਮੈਨੂੰ ਇੱਜ਼ਤ ਦਿੱਤੀ ਜਿਹੜੀ ਮੈਨੂੰ ਰਿਸਪੈਕਟ ਦਿੱਤੀ ਜਿਹੜੇ ਮੈਨੂੰ ਸਿਖਾਇਆ ਜਾਂ ਜਿਹੜਾ ਮੈਨੂੰ ਟਾਈਟਲ ਦਿੱਤਾ ਜਾਂ ਜਿਹੜਾ ਟੈਗ ਲਗਾਇਆ ਉਹ ਮੇਰੇ ਬਸ ਉਹ ਮਤਲਬ ਕਹਿ ਲਓ ਕਿ ਉਹ ਲਾਈਫ ਚੇਂਜਿੰਗ ਸੀਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਗਲੋਬਲ ਪੰਜਾਬ ਟੀਵੀ ਨਾਲ ਚੈਨਲ ਪੰਜਾਬੀ ਨਾਲ DD ਕਿਸਾਨ ਨਾਲ ਦੂਰਦਰਸ਼ਨ ਨਾਲ DD ਪੰਜਾਬੀ ਨਾਲ ਫਿਰ ਆਪਣੇ ਜਿੰਨੇ ਵੀ ਚੈਨਲਸ ਨੇ ਜਿੰਨਾ ਹਿੰਦੀ ਚੈਨਲਸ ਦੇ ਵਿੱਚ ਸੋਨੀ ਸਟਾਰ ਪਲੱਸ ZTV ਜਿਨ੍ਹਾਂ ਦੇ ਵਿੱਚ ਵੀ ਸਿਲੈਕਸ਼ਨ ਹੋਈ ਉਹ ਮੈਨੂੰ ਲੱਗਦਾ ਉਸੇ ਕਰਕੇ ਹੋਈ ਕਿਉਂਕਿ ਬਸ ਕਰਦੇ ਕਰਦੇ ਤੁਸੀਂ ਪੌੜੀਆਂ ਚੜ੍ਹਦੇ ਜਾਂਦੇ ਹੋ ਹਨਾ ਪਰ ਜਿਹੜਾ ਮੈਂ ਪਹਿਲਾ ਸਟੈਪ ਰੱਖਿਆ ਸੀਗਾ ਸਪੈਸ਼ਲੀ ਜੇ ਗੱਲ ਕਰਾਂ ਚੈਨਲਸ ਨਾਲ ਉਹ PTC ਨਾਲ ਸੀਗਾ ਤੇ ਬਸ ਚੱਲਦਾ ਜਾ ਰਿਹਾ ਸਿਲਸਿਲਾ ਜਿਵੇਂ ਆਪਾਂ ਨੂੰ ਹਰੇਕ ਆਰਟਿਸਟ ਨੂੰ ਕੋਈ ਨਾ ਕੋਈ ਇਨਸਪਾਇਰ ਕਰਦਾ ਤਾਂ ਤੁਹਾਨੂੰ ਕਿਹਨੇ ਇਨਸਪਾਇਰ ਕੀਤਾ ਸੀ ਇਸ ਫੀਲਡ 'ਚ ਆਉਣ ਲਈ ਮੇਰੇ ਘਰਦਿਆਂ ਨੇ ਮੇਰੇ ਘਰ ਦੇ ਬਹੁਤ ਸਪੋਰਟਿਵ ਨੇ ਹਾਲਾਂਕਿ ਮੇਰੀ ਪੂਰੀ ਫੈਮਿਲੀ ਦੇ ਵਿੱਚੋਂ ਕੋਈ ਆਰਟਿਸਟ ਨਹੀਂ ਹੈ ਜਾਂ ਕੋਈ ਐਂਟਰਟੇਨਮੈਂਟ ਫੀਲਡ ਨਾਲ ਜੁੜਿਆ ਨਹੀਂ ਹੋਇਆ ਆਮ ਦੀ ਓਨਲੀ ਵਨ ਜਿਹਨੇ ਆਹ ਚੀਜ਼ ਕਹਿ ਲਓ ਸ਼ੁਰੂ ਕੀਤੀ ਹੈ ਔਰ ਸਿਰਫ ਮੇਰੇ ਘਰਦਿਆਂ ਕਰਕੇ ਹਨਾ ਉਹਨਾਂ ਨੂੰ ਇੰਨਾ ਸ਼ੌਂਕ ਹੈ ਉਹਨਾਂ ਨੂੰ ਉਹ ਕਹਿੰਦੇ ਨਾ ਕਿ
ਪੇਰੈਂਟਸ ਨੂੰ ਪਤਾ ਹੁੰਦਾ ਜਾਂ ਘਰਦੇ ਨੂੰ ਪਤਾ ਹੁੰਦਾ ਤੁਸੀਂ ਕੀ ਕਰ ਸਕਦੇ ਹੋ ਜਾਂ ਤੁਸੀਂ ਕਿਹਦੇ ਵਿੱਚ ਤੁਸੀਂ ਮਾਹਿਰ ਹੋ, ਤੇ ਉਹ ਮੈਨੂੰ ਕਹਿੰਦੇ ਸੀ ਕਿ ਤਮਾਸ਼ ਵੀ ਨਹੀਂ ਘਰ ਵੀ ਤਾਂ ਪਾਉਣੀ ਹੈ ਤੇ ਸਕਰੀਨ ਤੇ ਜਾ ਕੇ ਮਾਲਾ ਹੈ, ਤੇ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਦੇਖਦੇ ਦੇਖਦੇ ਹਨਾ, ਤੇ ਉਹ ਕਹਿੰਦੇ ਤੁਸੀਂ ਕਿਸੇ ਦਾ ਚੰਗਾ ਕੀਤਾ ਹੋਏ ਤੇ ਚੰਗੀ ਚੀਜ਼ ਵਾਪਸ ਆਉਂਦੀ ਹੈ, ਮੈਨੂੰ ਲੱਗਦਾ ਕਦੀ ਕਿਸੇ ਦੀ ਦੁਆਵਾਂ ਲੱਗੀਆਂ ਹੋਣਗੀਆਂ, ਤੇ ਮੈਂ ਸਾਰਾ ਜਿੰਨਾ ਅੱਜ ਜੋ ਕੁਛ ਵੀ ਹਾਂ, ਜੇ ਮੈਂ ਕੁਛ ਨਹੀਂ ਹਾਂ ਉਹ ਮੈਂ ਆਪਣੇ ਕਰਕੇ ਨਹੀਂ ਹਾਂ, ਪਰ ਜੇ ਮੈਂ ਜੋ ਕੁਛ ਵੀ ਹਾਂ ਆਪਣੇ ਘਰਦਿਆਂ ਕਰਕੇ ਹਾਂ ਤੇ ਉੱਪਰ ਵਾਲੇ ਕਰਕੇ ਜੀ। ਘਰਦੇ ਕਦੇ ਇਹ ਨਹੀਂ ਕਹਿੰਦੇ ਕਿ ਤੇਰੀ ਐਕਟਿੰਗ ਸਾਨੂੰ ਵਧੀਆ ਲੱਗੀ ਜਾਂ ਐਕਟਿੰਗ ਵਧੀਆ ਨਹੀਂ ਲੱਗੀ, ਉਹ ਕਦੇ ਫੀਡਬੈਕ ਦਿੰਦੇ ਤੁਹਾਡੀ ਐਕਟਿੰਗ ਨੂੰ ਲੈ ਕੇ ਜਾਂ ਸਟੇਜ ਪਰਫਾਰਮੈਂਸ ਨੂੰ ਲੈ ਕੇ? ਹਾਂਜੀ ਬਿਲਕੁਲ, ਵੈਸੇ ਤਾਂ ਉਹ ਤਾਰੀਫ ਹੀ ਕਰਦੇ, ਤੁਹਾਨੂੰ ਪਤਾ ਘਰਦੇ ਤੇ ਤਾਰੀਫ ਹੀ ਕਰਦੇ ਨੇ ਹਨਾ, ਆਪਣਾ ਬੱਚਾ ਸਾਰਿਆਂ ਨੂੰ ਚੰਗਾ ਹੀ ਲੱਗਦਾ, ਤੇ ਉਹ ਜਦੋਂ ਮਤਲਬ ਜਦੋਂ ਵੀ ਮੇਰਾ ਸ਼ੋਅ ਦੇਖਦੇ ਹੈ ਜਾਂ ਜਦੋਂ ਕਹਿ ਲਓ ਕਿ ਮੈਨੂੰ ਸਟੇਜ ਤੇ ਦੇਖਦੇ ਹੈ ਤੇ ਉਹ ਲੋਕਾਂ ਕੋਲੋਂ ਜਦੋਂ ਤਾਰੀਫ ਸੁਣਦੇ ਹੈ ਤੇ ਫਿਰ ਉਸ ਤੋਂ ਬਾਅਦ ਕਹਿ ਨਹੀਂ ਨਾ ਸਕਦੇ ਕਿ ਤੂੰ ਵਧੀਆ ਨਹੀਂ ਕੀਤਾ, ਤੇ ਬਾਕੀ ਮੈਨੂੰ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਮੈਨੂੰ ਜ਼ਰੂਰ ਦੱਸ ਦਿੰਦੇ, ਮੈਂ ਉਹਨਾਂ ਨੂੰ ਕਹਿੰਦੀ ਮੈਨੂੰ ਦੱਸੋ, ਪਰ ਦੱਸਦੇ ਘੱਟ ਆ, ਉਹ ਕਹਿੰਦੇ ਕਿ ਨਹੀਂ ਨਹੀਂ ਹੌਲੀ ਹੌਲੀ ਸਿੱਖਦੀ ਜਾ ਰਹੀ ਹੈ। ਹੁਣ ਆਪਾਂ ਸ਼ੋਅ ਨੂੰ ਨਾ ਥੋੜ੍ਹਾ ਜਿਹਾ ਅਗਲੇ ਸੈਗਮੈਂਟ ਵੱਲ ਵਧਾਉਂਦੇ ਹਾਂ, ਸਾਡਾ ਜਿਹੜਾ ਅਗਲਾ ਸੈਗਮੈਂਟ ਹੈਗਾ ਉਹ ਹੈਗਾ ਹਾਂ ਜਾਂ ਨਾ, ਮੈਂ ਇਹ 'ਚ ਕੁਐਸਚਨ ਪੁੱਛੂੰਗਾ ਤੁਸੀਂ ਹਾਂ ਜਾਂ ਨਾ 'ਚ ਜਵਾਬ ਦੇਣੇ, ਜੇ ਤੁਹਾਡੇ ਕੋਲ ਕੋਈ ਉਹਦੇ ਨਾਲ ਰਿਲੇਟਡ ਸਟੋਰੀ ਜ਼ਰੂਰ ਦੱਸਿਓ। ਅਤੇ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਸਲੋਨੀ ਨੂੰ ਕਮੇਡੀ 'ਚ ਤਾਂ ਆਉਣਾ ਪਿਆ ਕਿ ਉਹ ਆਪ ਹੱਸ ਹੱਸ ਕੇ ਬੋਰ ਹੋ ਚੁੱਕੀ ਸੀ ਅਤੇ ਹੁਣ ਲੋਕਾਂ ਨੂੰ ਹਸਾਉਣਾ ਚਾਹੁੰਦੀ ਸੀ? ਮੈਂ ਵੀ ਹੱਸਾ, ਸਾਰੇ ਹੱਸਣ ਮੇਰੇ ਨਾਲ। ਅੱਛਾ ਜੀ, ਵੈਸੇ ਮੈਂ ਤੁਹਾਡੇ ਇੱਕ ਦੋ ਕਲਿਪਸ ਦੇਖੇ ਸੀ ਤਾਂ ਮੈਨੂੰ ਵੀ ਬਹੁਤ ਵਧੀਆ ਲੱਗੇ, ਕੁਛ ਨੈਚੁਰਲ ਲੱਗੀ ਤੁਹਾਡੀ ਐਕਟਿੰਗ, ਕਿ ਨਹੀਂ ਤਾਂ ਅੱਜ ਕੱਲ੍ਹ ਜਿਹੜੇ ਪਿੱਛੇ ਇਹ ਥੋੜ੍ਹਾ ਜਿਹਾ ਆਇਆ ਸੀਗਾ ਕਿ ਜਿਹੜੀ ਕਮੇਡੀ ਕਰਦੇ ਸੀ ਉਹ ਕੁਛ ਪੁਰਾਣੀ ਹੁੰਦੀ ਜਾਂਦੀ ਸੀ, ਪਰ ਥੋੜ੍ਹੀ ਕੁਛ ਫਰੈਸ਼ ਨਜ਼ਰ ਆਈ ਮੈਨੂੰ। ਅਤੇ ਇਹਦੇ ਨਾਲ ਹੀ ਅਗਲਾ ਮੇਰਾ ਸਵਾਲ ਆ, ਸਲੋਨੀ ਦੇ ਘਰ ਵਿੱਚ ਸਭ ਤੋਂ ਜ਼ਿਆਦਾ ਪੈਂਪਰ ਜੇ ਤੁਹਾਨੂੰ ਹੀ ਰੱਖਿਆ ਗਿਆ ਕਿ ਕਿਸੇ ਹੋਰ ਨੂੰ ਕੀਤਾ ਗਿਆ ਸੀ? ਮੈਂ ਬਹੁਤ ਪੈਂਪਰਡ ਹਾਂ ਵੈਸੇ, ਪਰ ਮੇਰੇ ਨਾਲੋਂ ਵੀ ਜ਼ਿਆਦਾ ਜੇ ਮੈਂ ਪੈਂਪਰ, ਮੇਰੀ ਛੋਟੀ ਸਿਸਟਰ ਹੈ ਉਹ ਸਾਡੀ ਕੁਈਨ ਹੈ ਜੀ, ਸਾਡੀ ਪ੍ਰਿੰਸੈਸ ਹੈ, ਤੇ ਉਹ ਬਹੁਤ ਜ਼ਿਆਦਾ ਪੈਂਪਰਡ ਹੈ। ਐਕਚੁਅਲੀ ਉਹਨੇ ਹੀ ਮੈਨੂੰ ਇੱਥੇ ਭੇਜਿਆ ਹਨਾ, ਉਹ ਕਹਿ ਲਓ ਕਿ ਉਹ ਚੈਨਲ ਆਪਾਂ ਮਤਲਬ ਚੱਲ ਰਹੇ ਸੀਗੇ, ਚੇਂਜ ਕਰ ਰਹੇ ਸੀਗੇ ਤੇ ਪੀਟੀਸੀ ਪੰਜਾਬੀ ਤੇ ਸਕਰੋਲ ਹੋ ਰਿਹਾ ਸੀਗਾ ਆਡੀਸ਼ਨਸ ਦਾ, ਤੇ ਉਹਨੇ ਮੈਨੂੰ ਕਿਹਾ ਦੀਦੀ ਆਪ ਜਾਓ ਹਨਾ, ਤੇ ਉਹਨੇ ਮੈਨੂੰ ਕਹਿ ਦਿੱਤਾ, ਉਹਨੇ ਮੇਰੀ ਤਿਆਰੀ ਕਰਾਈ ਕਿ ਆਪ ਕੱਲ੍ਹ ਚਲੇ ਜਾਣਾ, ਐਸੇ ਕਰ ਲੈਣਾ ਆਪ, ਅੱਛਾ ਕਰੋਗੇ ਯੇ, ਉਹਨੇ ਮੈਨੂੰ ਕਹਿੰਦੇ ਨਾ ਮੋਰੈਲ ਤੁਹਾਡਾ ਬੂਸਟ ਅਪ ਕਰਤਾ, ਤੇ ਉਹ ਉਹਨੂੰ ਮੈਂ ਕ੍ਰੈਡਿਟ ਜ਼ਰੂਰ ਦੇਵਾਂਗੀ, ਤੇ ਉਹ ਸਭ ਤੋਂ ਜ਼ਿਆਦਾ ਪੈਂਪਰਡ ਹੈ ਜੀ, ਤੇ ਉਸ ਤੋਂ ਬਾਅਦ ਮੇਰਾ ਨੰਬਰ ਆ ਜਾਂਦਾ। ਤੇ ਸਲੋਨੀ ਸੋਸ਼ਲ ਮੀਡੀਆ ਤੇ ਤੁਸੀਂ ਸਟੋਰੀ ਪਾਉਣ ਤੋਂ ਬਾਅਦ ਚੈੱਕ ਕਰਦੇ ਹੋ ਕਿ ਲਾਈਕਸ ਤੇ ਕਮੈਂਟ ਜਾਂ ਕਿੰਨਿਆਂ ਨੇ ਕੀਤਾ ਤੇ ਕਿਹਨੇ ਕਿਹਨੇ ਕੀਤਾ? ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਜਦੋਂ ਤੁਹਾਡੇ ਨਾਲ ਮੇਰੀ ਗੱਲ ਹੋਈ ਹੈ, ਮੈਂ ਬਹੁਤ ਬੁਰੀ ਹਾਂ ਇਸ ਚੀਜ਼ ਦੇ ਵਿੱਚ, ਕੁਛ ਪੋਸਟ ਕਰਨਾ ਹੋਏ ਜਾਂ ਕੁਛ, ਮੇਰਾ ਬਰਥਡੇ ਗਿਆ ਨਾ, ਇੰਨੀਆਂ ਪਿਆਰੀਆਂ ਵਿਸ਼ਿਸ਼ ਮੈਨੂੰ ਆਈਆਂ, ਇੰਨਾ ਦਿਲੋਂ ਸਾਰਿਆਂ ਨੇ ਦੁਆਵਾਂ ਦਿੱਤੀਆਂ, ਮੈਂ ਹਰ ਵਾਰੀ ਸੋਚਦੀ ਕਿ ਮੈਂ ਸਾਰਿਆਂ ਨੂੰ ਥੈਂਕ ਯੂ ਜ਼ਰੂਰ ਕਵਾਂਗੀ, ਪਰ ਮੇਰੇ ਕੋਲ ਦਿੱਤਾ ਨਹੀਂ ਜਾਂਦਾ ਥੈਂਕ ਯੂ ਹਨਾ, ਮੈਨੂੰ ਇੱਦਾਂ ਲੱਗਦਾ ਕਿ ਮੈਂ ਥੈਂਕ ਯੂ ਕਰਦੀ ਹਾਂ, ਮੈਂ ਦਿਲੋਂ ਕਰ ਦਿੰਦੀ ਹਾਂ, ਪਰ ਮੈਂ ਪੋਸਟ ਵੀ ਕਰ ਦਿੰਦੀ ਹਾਂ ਕਿ ਥੈਂਕ ਯੂ ਸੋ ਮਚ, ਪਰ ਤੇ ਤੁਹਾਨੂੰ ਪਤਾ ਹਨਾ ਇੱਥੇ ਹੋਰ ਕੰਮਾਂ ਦੇ ਵਿੱਚੋਂ ਕਈ ਵਾਰ ਨਹੀਂ ਟਾਈਮ ਲੱਗਦਾ, ਪਰ ਇਹ ਨਹੀਂ ਕਿ ਮੈਂ ਕਰਨਾ ਨਹੀਂ ਚਾਹੁੰਦੀ ਹੁੰਦੀ, ਪਰ ਮੈਂ ਸ਼ਾਇਦ ਇਸ ਚੀਜ਼ 'ਚ ਬਹੁਤ ਬੁਰੀ ਹਾਂ ਕਿ ਕੁਛ ਪੋਸਟ ਕਰਨਾ ਹੋਏ ਜਾਂ ਕੁਛ ਆਪਣੇ ਆਪਣੇ ਲਾਈਕਸ ਜਾਂ ਕਮੈਂਟਸ, ਮੈਨੂੰ ਹੁੰਦਾ ਕਿ ਕਿੱਦਾਂ ਦੇਖਾਂ ਮੈਂ ਸਮਝ ਨਹੀਂ ਲੱਗਦੀ, ਮੈਨੂੰ ਇੱਕ ਕੰਮ 'ਚੋਂ ਨਿਕਲ ਕੇ ਦੂਸਰੇ ਕੰਮ 'ਚ ਵੜ ਜਾਂਦਾ, ਦੂਸਰੇ ਇਵੈਂਟ 'ਚੋਂ ਤੀਸਰੇ ਇਵੈਂਟ 'ਚ ਵੜ ਜਾਂਦਾ, ਤੇ ਪਰ ਮੈਂ ਥੋੜ੍ਹੀ ਜਿਹੀ ਸਲੋਅ ਹਾਂ ਇਸ ਕੰਮ 'ਚ, ਸੋਰੀ। ਤੇ ਕਦੇ ਇਦਾਂ ਹੋਇਆ ਕਿ ਤੁਸੀਂ ਕਿਸੇ ਇਵੈਂਟ ਤੇ ਜਿੱਥੇ ਆਪਦਾ ਪਰਫਾਰਮ ਕਰ ਰਹੇ ਹੋ ਉੱਥੋਂ ਫੂਡ ਘਰੇ ਲਿਆਂਦਾ ਹੋਵੇ, ਜਾਂ ਤੁਸੀਂ ਫਲਾਈਟ 'ਚ ਸੀਗੇ ਤਾਂ ਤੁਹਾਨੂੰ ਲੱਗਿਆ ਕਿ ਨਹੀਂ ਆਪਾਂ ਪੈਕ ਕਰਕੇ ਨਾਲ ਘਰੇ ਲੈ ਜਾਂਦੇ ਆ ਜਾਂ ਗਰਾਹ 'ਚ ਖਾਵਾਂਗੇ? ਜਨਾਨੀਆਂ ਦੀ ਆਦਤ ਹੈ, ਹੁਣ ਮੇਰੇ ਸਾਹਮਣੇ ਹਾਲੇ ਵੀ ਫੂਡ ਪੈਕ, ਕੱਲ੍ਹ ਮੈਂ ਕਿਸੇ ਇਵੈਂਟ 'ਚ ਗਈ ਸੀ ਉਹਨਾਂ ਨੇ ਪੈਕ ਕਰਤਾ, ਕੱਲ੍ਹ ਵੀ ਮੈਂ ਕਿਸੇ ਇਵੈਂਟ 'ਤੇ ਗਈ ਸੀ ਉਹਨਾਂ ਨੇ ਮੈਨੂੰ ਫੂਡ ਪੈਕ ਕਰਤਾ, ਮਤਲਬ ਕਿਉਂਕਿ ਉੱਥੇ ਤੁਹਾਨੂੰ ਪਤਾ ਲਿਪਸਟਿਕ ਵਗੈਰਾ ਲਗਾਈ ਹੁੰਦੀ ਹੈ ਜਨਾਨੀਆਂ, ਤਾਂ ਘੱਟ ਹੀ ਖਾਂਦੀਆਂ ਨੇ, ਪਰ ਮੈਂ ਇੱਦਾਂ ਦਾ ਕੋਈ ਪਰਹੇਜ਼ ਨਹੀਂ ਕਰਦੀ, ਮੈਂ ਰੱਜ ਕੇ ਖਾ ਲੈਂਦੀ ਹਾਂ, ਫਿਰ ਇੰਨਾ ਪਿਆਰ ਆ ਉਹ ਘਰ ਵਾਸਤੇ ਵੀ ਪੈਕ ਕਰ ਦਿੰਦੇ, ਮੈਨੂੰ ਇੱਦਾਂ ਕਹਿਣਾ ਪੈਣਾ ਹੁਣ, ਪਰ ਮੈਂ ਐਕਚੁਲੀ ਆਪੇ ਕਹਿੰਦੀ ਹੁੰਦੀ ਹਾਂ ਪਲੀਜ਼ ਖਾ ਨੂੰ ਦੇ ਦਿਓ, ਤੇ ਨਹੀਂ ਮੈਂ ਫੂਡ, ਹਾਂਜੀ ਜ਼ਰੂਰ, ਮੈਨੂੰ ਮੈਂ ਐਕਚੁਲੀ ਬਹੁਤ ਫੂਡੀ ਹਾਂ, ਤੁਹਾਨੂੰ ਮੈਂ ਦੱਸਾਂ, ਮੈਂ ਮਤਲਬ ਜੇ ਤੁਸੀਂ ਖਾਣਾ ਖਾ ਰਹੇ ਹੋਵੋਗੇ ਨਾ, ਤੁਸੀਂ ਮੈਨੂੰ ਨਹੀਂ ਵੀ ਆਫਰ ਕਰੋਗੇ ਤੇ ਮੈਂ ਆਪੇ ਤੁਹਾਨੂੰ ਕਹਿ ਦੇਣਾ ਕਿ ਮੈਂ ਪਲੀਜ਼ ਖਾਣਾ ਤੁਹਾਡੇ ਨਾਲ, ਮੈਂ ਕਿਸੇ ਬੰਦਾ ਮੈਂ ਨਹੀਂ ਇੰਨਾ ਪ੍ਰੇਜ਼ ਕਰਦਾ, ਮੈਂ ਪੁੱਛ ਲੈਂਦਾ।
ਤੇ ਅਗਲਾ ਕੁਐਸਚਨ ਵੀ ਇਹਦੇ ਨਾਲ ਮੇਰਾ ਇੱਕ ਹੈਗਾ ਵਾ ਕਿ ਜਦ ਕਾਲਜ ਟਾਈਮ 'ਚ ਜਾਂ ਸਕੂਲ ਟਾਈਮ 'ਚ ਕਦੇ ਬੰਕ ਮਾਰ ਕੇ ਸ਼ੋਪਿੰਗ ਕਰਨ ਗਏ ਸੀ ਜਾਂ ਕਦੇ ਫਿਲਮ ਦੇਖਣ ਗਏ ਹੋਵੋ ਬੰਕ ਮੈਨੂੰ ਮਾਰਨ ਦੀ ਕਦੇ ਜ਼ਰੂਰਤ ਹੀ ਨਹੀਂ ਪਈ ਕਿਉਂਕਿ ਮੇਰੇ ਘਰ ਦੇ ਹੀ ਮੈਨੂੰ ਇੰਨਾ ਇੰਜੋਏ ਕਰਾ ਦਿੰਦੇ ਸੀਗੇ ਨਾ ਉਹ ਜ਼ਬਰਦਸਤੀ ਮੈਨੂੰ ਮੂਵੀਜ਼ ਦਿਖਾਉਣ ਲੈ ਜਾਂਦੇ ਸੀਗੇ ਜ਼ਬਰਦਸਤੀ ਸ਼ੋਪਿੰਗ ਕਰਾਉਣ ਲੈ ਜਾਂਦੇ ਸੀਗੇ ਜ਼ਬਰਦਸਤੀ ਘੁੰਮਾਉਣ ਲੈ ਜਾਂਦੇ ਸੀਗੇ ਤੇ ਇਨਫੈਕਟ ਟਾਈਮ ਘੱਟ ਹੁੰਦਾ ਸੀ ਤੇ ਘੁੰਮਣਾ ਇਹ ਚੀਜ਼ਾਂ ਜ਼ਿਆਦਾ ਚੱਲਦੀਆਂ ਸੀਗੀਆਂ ਤੇ ਇਸ ਕਰਕੇ ਜ਼ਰੂਰਤ ਹੀ ਨਹੀਂ ਪਈ ਤੇ ਕਾਲਜ 'ਚ ਵੀ ਪੜ੍ਹਦੇ ਪੜ੍ਹਦੇ ਮੈਨੂੰ ਲੱਗਦਾ ਨਹੀਂ ਆ ਉੱਦਾਂ ਜਿੱਦਾਂ ਕਾਲਜ ਤੋਂ ਬਾਅਦ ਜਿੱਦਾਂ ਘਰਦੇ ਨਾਲ ਗਏ ਗੇੜੀਆਂ ਮਾਰ ਰਹੇ ਜਾਂ ਇੱਦਾਂ ਮਤਲਬ ਉੱਦਾਂ ਮਸਤੀ ਵੀ ਫੁੱਲ ਕੀਤੀ ਹੈ ਜਦੋਂ ਪੜ੍ਹਾਈ ਦਾ ਟਾਈਮ ਸੀ ਪੜ੍ਹਾਈ ਵੀ ਫੁੱਲ ਕੀਤੀ ਹੈ ਤੇ ਕਦੀ ਜ਼ਰੂਰਤ ਹੀ ਨਹੀਂ ਪਈ ਮੈਨੂੰ ਇੱਦਾਂ ਲੱਗਦਾ ਪਰ ਉਹ ਵੀ ਮਜ਼ਾ ਹੀ ਹੋਏਗਾ ਵੈਸੇ ਹਨਾ ਕਿ ਪਰ ਮੈਂ ਇੰਜੋਏ ਕੀਤਾ ਮੈਨੂੰ ਇੱਦਾਂ ਲੱਗਦਾ ਕਿ ਮੈਂ ਪੂਰਾ ਇੰਜੋਏ ਕੀਤਾ ਲਾਈਫ ਨੂੰ ਸੁਣੀ ਅੱਜ ਵੀ ਤੁਹਾਨੂੰ ਕੁਝ ਨਵਾਂ ਸਿੱਖਣ ਦੀ ਚਾਹ ਰਹਿੰਦੀ ਹੈ ਜੀ ਬਿਲਕੁਲ ਬਿਲਕੁਲ ਮੈਂ ਜਦੋਂ ਵੀ ਹਾਂਜੀ ਮੈਂ ਜਦੋਂ ਵੀ ਕੋਈ ਮੂਵੀ ਦੇਖਦੀ ਹਾਂ ਜਾਂ ਜਦੋਂ ਵੀ ਕੋਈ ਕਰੈਕਟਰ ਦੇਖਦੀ ਹਾਂ ਜਾਂ ਕੋਈ ਕਿਸੇ ਦੀ ਐਕਟਿੰਗ ਹਨਾ ਬਹੁਤ ਮੈਨੂੰ ਅੱਛੀ ਲੱਗਦੀ ਤੇ ਮੈਨੂੰ ਲੱਗਦਾ ਕਿ ਮੈਂ ਕਰ ਪਾਵਾਂਗੀ ਮੇਰੇ ਲਈ ਵੀ ਚੈਲੰਜਿੰਗ ਰੋਲ ਹੋਏਗਾ ਨਾਲੇ ਮੈਂ ਕਿਸੇ ਵੀ ਸੈੱਟ ਤੇ ਜਾਂਦੀ ਹਾਂ ਨਾ ਜਦੋਂ ਸਪੈਸ਼ਲ ਕਰੈਕਟਰਸ ਮੈਨੂੰ ਦਿੰਦੇ ਆ ਨਾ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਬਣੀ ਗੱਲ ਹੁਣ ਮੈਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਹਨਾ ਅਫਕੋਰਸ ਜੋ ਤੁਸੀਂ ਕਰਦੇ ਹੋ ਉਹ ਕਰਦੇ ਰਹੋਗੇ ਤੇ ਉਹ ਵੀ ਪੋਲਿਸ਼ ਹੁੰਦਾ ਰਹੇਗਾ ਪਰ ਮੈਨੂੰ ਲੱਗਦਾ ਜਦੋਂ ਤੁਸੀਂ ਨਾਲ ਨਵੀਂ ਚੀਜ਼ਾਂ ਜੋੜਦੇ ਰਹੋਗੇ ਨਾ ਤੁਸੀਂ ਐਜ਼ ਐਨ ਆਰਟਿਸਟ ਤੁਸੀਂ ਬਹੁਤ ਜ਼ਿਆਦਾ ਗਰੋ ਕਰਦੇ ਹੋ ਤੇ ਮੈਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਜਦੋਂ ਵੀ ਕਿਸੇ ਡਾਇਰੈਕਟਰ ਨਾਲ ਜਾਂ ਕਿਸੇ ਸੈੱਟ ਤੇ ਕਿਸੇ ਨਾਲ ਗੱਲ ਹੁੰਦੀ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਨਵਾਂ ਕੀ ਹੈ ਇਸ ਵਾਰ ਇੱਥੇ ਹੀ ਆਪਣਾ ਜਿਹੜਾ ਇਹ ਸੈਗਮੈਂਟ ਹਾਂ ਜਾਂ ਨਾ ਵੈਸੇ ਤਾਂ ਤੁਸੀਂ ਇਹਨੂੰ ਬਹੁਤ ਵਧੀਆ ਨਵੇਂ ਮੋਡੀਫਾਈ ਕਰਕੇ ਜਵਾਬ ਦਿੱਤੇ ਆ ਹਾਂ ਨਾ ਤਾਂ ਪਤਾ ਨਹੀਂ ਕਿੱਥੇ ਗਾਹ ਲੈ ਗਏ ਸੀ ਪਰ ਮਜ਼ਾ ਬੜਾ ਆਇਆ ਤੁਹਾਡਾ ਸਾਰਾ ਸੁਣਨ ਦਾ ਥੈਂਕ ਯੂ ਮੈਂ ਇੰਨਾ ਬੋਲਦੀ ਹਾਂ ਮੇਰੇ ਕੋਲੋਂ ਤੁਸੀਂ ਐਕਸਪੈਕਟ ਕਿੱਦਾਂ ਕਰ ਲਿਆ ਕਿ ਮੈਂ ਹਾਂ ਜਾਂ ਨਾ ਬੋਲਾਂਗੀ ਇਕੱਲਾ ਸਲੋਨੀ ਜਦੋਂ ਤੁਸੀਂ ਸਟੇਜ ਤੇ ਜਾਂਦੇ ਹੋ ਉਦੋਂ ਤੁਹਾਡਾ ਕੋਈ ਸਿਗਨੇਚਰ ਸਟੈਪ ਜਾਂ ਸਿਗਨੇਚਰ ਜਿਹੜਾ ਵਰਡ ਜਾਂ ਕੀਵਰਡ ਜਾਂ ਤਕੀਆ ਕਲਾਮ ਕੁਝ ਹੈਗਾ ਤੁਹਾਡਾ ਕਿ ਬਸ ਜਾਂਦੇ ਸਿੱਧਾ ਹੀ ਜਿਵੇਂ ਅੱਜ ਸ਼ੋਅ ਤੇ ਆਉਂਦੇ ਲੈ ਭਾਈ ਖਲਾਰੇ ਪਾਤੇ ਹੋ ਮੈਂ ਮੈਂ ਨਾ ਸੱਚੀ ਦੱਸਾਂ ਮੈਂ ਸੋਚਦੀ ਘੱਟ ਆ ਮੈਂ ਬਸ ਬੋਲ ਦਿੰਦੀ ਆ ਤੇ ਇੱਕ ਵਾਰੀ ਮੈਂ ਗਲੋਬਲ ਪੰਜਾਬ ਟੀਵੀ ਨਾਲ ਸ਼ੋਅ ਸੀਗਾ ਮੇਰਾ ਗੱਲਾਂ ਵਿਦ ਗੁਲਾਬੋ ਮੈਂ ਉਹਦੇ ਵਿੱਚ ਇਹ ਟੌਪਿਕ ਰੱਖਿਆ ਸੀ ਅਸੀਂ ਹਰ ਵਾਰ ਨਵਾਂ ਟੌਪਿਕ ਲੈ ਕੇ ਆਉਂਦੇ ਸੀਗੇ ਲਾਈਵ ਚੱਲਦਾ ਸੀਗਾ ਉਹ ਨਾ ਅਮਰੀਕਾ ਕੈਨੇਡਾ ਤੋਂ ਸਾਰੇ ਫੋਨ ਕਰਦੇ ਸੀਗੇ ਲਿਸਨਰਸ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਸੀਗਾ ਕਿ ਤੁਹਾਡਾ ਤਕੀਆ ਕਲਾਮ ਕੀ ਹੈ ਤੇ ਇੱਕ ਵਾਰੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਹਿੰਦੇ ਕਿ ਮੈਮ ਸਾਡਾ ਤਕੀਆ ਕਲਾਮ ਤੇ ਹੈ ਪਰ ਤੁਹਾਡਾ ਤਕੀਆ ਕਲਾਮ ਦੱਸੀਏ ਮੈਂ ਕਿਹਾ ਦੱਸੋ ਕਹਿੰਦੇ ਤੁਹਾਡਾ ਤਕੀਆ ਕਲਾਮ ਹੈ ਹਨਾ ਤੁਸੀਂ ਹਨਾ ਬਹੁਤ ਬੋਲਦੇ ਹੋ ਤੇ ਮੈਨੂੰ ਨਹੀਂ ਪਤਾ ਮੈਂ ਬੋਲਦੀ ਹਾਂ ਨਾ ਤੁਸੀਂ ਦੱਸੋ ਮੈਨੂੰ ਮੈਂ ਬੋਲਦੀ ਹਾਂ ਮੈਂ ਹੁਣ ਤੱਕ ਇੱਕ ਵਾਰੀ ਵੀ ਹਨਾ ਬੋਲਿਆ ਮੈਂ ਕੁਛ ਨਹੀਂ ਕਹਿਣਾ ਪਤਾ ਨਹੀਂ ਆਪਾਂ ਕਹਿਣਾ ਹੀ ਨਹੀਂ ਕੁਛ ਨਹੀਂ ਕਹਿਣਾ ਅੱਜ ਥੋੜਾ ਲੈਣਾ ਬੋਲਣਾ ਪਤਾ ਲੱਗਦਾ ਅੱਜ ਤੁਸੀਂ ਇੰਟਰਵਿਊ ਦੇਣ ਆਏ ਹੋ ਮੈਂ ਇੰਟਰਵਿਊ ਲੈਣ ਆਇਆ ਅੱਜ ਤੁਹਾਡੀ ਵਾਰੀ ਹੈ ਹਾਂ ਮੈਨੂੰ ਬੜਾ ਪਤਾ ਆ ਰਿਹਾ ਕਿ ਮੈਨੂੰ ਇੰਨਾ ਮੌਕਾ ਮਿਲ ਰਿਹਾ ਬੋਲਣ ਦਾ ਇੰਨਾ ਮੌਕਾ ਮਿਲ ਰਿਹਾ ਮੈਨੂੰ ਚੁੱਪ ਹੀ ਨਹੀਂ ਕਰਨਾ ਪੈ ਰਿਹਾ ਸਲੋਨੀ ਜਿਵੇਂ ਤੁਹਾਡਾ ਨਾਮ ਬਹੁਤ ਖੂਬਸੂਰਤ ਆ ਜਿਹੜਾ ਇਹ ਨਾਂ ਰੱਖਿਆ ਕਿਵੇਂ ਸੀਗਾ ਸਲੋਨੀ ਇਹ ਮੇਰੇ ਘਰਦਿਆਂ ਨੇ ਰੱਖਿਆ ਸੀਗਾ ਮੇਰੇ ਪੇਰੈਂਟਸ ਨੇ ਕਿਉਂਕਿ ਮੈਂ ਉਦੋਂ ਮੈਨੂੰ ਦੱਸਦੇ ਆ ਕਿ ਉਦੋਂ ਨਾ ਤੁਹਾਨੂੰ ਪਤਾ ਉਦੋਂ ਜਿਹਦੇ ਸੀਰੀਅਲਸ ਜਾਂ ਸ਼ੋਅਸ ਚੱਲਦੇ ਸੀਗੇ ਘਰ ਦੇ ਉਹਦੇ ਉੱਤੇ ਰੱਖਦੇ ਸੀ ਤੇ ਮੈਨੂੰ ਬੋਲਦੇ ਸੀਗੇ ਮੈਂ ਪੁੱਛਿਆ ਕਿ ਮੇਰਾ ਨਾਮ ਸਲੋਨੀ ਕਿਉਂ ਰੱਖਿਆ ਨਾ ਤੇ ਉਹ ਕਹਿੰਦੇ ਕਿ ਸਾਮਲੀ ਸਲੋਨੀ ਉਸਲੇ ਆਂਦਾ ਸੀਗਾ ਜਿਸਲੇ ਵੀ ਪੈਦਾ ਹੋਈ ਤੇ ਉਦੋਂ ਨਾ ਸਾਮਲੀ ਸਲੋਨੀ ਕਰਕੇ ਇੱਕ ਸੀਰੀਅਲ ਆਂਦਾ ਸੀ ਤੇ ਉਹ ਆਂਦਾ ਪਿਆ ਸੀ ਤੇ ਅਸੀਂ ਤੇਰਾ ਨਾਮ ਸਲੋਨੀ ਰੱਖਤਾ ਤੇ ਮੈਂ ਕਿਹਾ ਠੀਕ ਹੋ ਗਿਆ ਤੇ ਫਿਰ ਮੈਨੂੰ ਆਪਣਾ ਨਾਮ ਜਦੋਂ ਕਿਸੇ ਨੂੰ ਮੈਂ ਦੱਸਦੀ ਆ ਮੈਨੂੰ ਆਪਣਾ ਨਾਮ ਬਹੁਤ ਪਿਆਰਾ ਲੱਗਦਾ ਕਿ ਕਹਿ ਲਓ ਕਿ ਇੰਨੇ ਸਾਲਾਂ ਤੋਂ ਨਾਮ ਹੀ ਬਣਾ ਰਹੇ ਹਾਂ ਪਰ ਮੈਨੂੰ ਆਪਣਾ ਨਾਮ ਬਹੁਤ ਪਿਆਰਾ ਲੱਗਦਾ ਸਲੋਨੀ ਹਨਾ ਨਹੀਂ ਤੇ ਕਈ ਵਾਰ ਲੋਕੀ ਕਈ ਆਪਣਾ ਸਟੇਜ ਤੇ ਜਾਂ ਸਕਰੀਨ ਤੇ ਨਾਮ ਬਦਲ ਲੈਂਦੇ ਨਾ ਮੈਂ ਕਦੀ ਨਹੀਂ ਬਦਲਣਾ ਚਾਹੁੰਦੀ ਸਲੋਨੀ ਸਰੀਨ ਮੈਨੂੰ ਨਾਮ ਬਹੁਤ ਪਿਆਰਾ ਲੱਗਦਾ ਤੇ ਇਹਦਾ ਨਾਮ ਦਾ ਮੀਨਿੰਗ ਵੀ ਬਹੁਤ ਪਿਆਰਾ ਹੈ ਬਿਊਟੀਫੁਲ ਐਂਡ ਸਵੀਟ ਆਪਣੀ ਤਰੀਫ ਆਪੇ ਹੀ ਕਰ ਦੋ ਨਹੀਂ 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 ਤੁਸੀਂ ਹੈਗੇ ਹੋ ਜੀ ਬਿਊਟੀਫੁਲ ਵੀ ਹੋ ਸਵੀਟ ਵੀ ਹੋ ਤੇ ਮੋਸਟ ਟੈਲੈਂਟਡ ਵੀ ਹੋ ਥੈਂਕ ਯੂ ਤੇ ਜਿਹੜੀ ਤੁਸੀਂ ਅੱਜ ਆਉਂਦੇ ਹੀ ਜਿਹੜੀ ਇੱਕ ਹੁੰਦੀ ਨਾ ਗੱਡੀ 200 ਤੇ 100 ਤੇ ਨਹੀਂ ਅੱਜ 200 ਤੇ ਆ ਤੁਹਾਡੀ ਕੱਢ ਨਹੀਂ ਹੈ ਨਹੀਂ ਨਹੀਂ ਤੁਸੀਂ ਚੱਕਾ ਮੈਂ ਚੱਕ ਦੋ ਕੋਈ ਨਾ ਚੱਕ ਦੋ ਖਿੱਚ ਲੋ ਕੰਮ ਨੂੰ ਆਂਡੋ ਵੇ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਮੈਂ ਕੈਨੇਡਾ ਤੋਂ ਲਾਈਵ ਹੋ ਕੇ ਇਹਨਾਂ ਦੀ ਇੰਟਰਵਿਊ ਕਰ ਰਹੇ ਹਾਂ ਸਿਡਨੀ ਤੋਂ ਲਾਈਵ ਹੋ ਕੇ ਆਸਟ੍ਰੇਲੀਆ ਤੋਂ ਕਰ ਰਹੇ ਨੇ ਤੇ ਜਿਹੜਾ ਇਹ ਮੈਨੂੰ ਸਲੋਨੀ ਇੱਕ ਇਹ ਲੱਗਦਾ ਕਿ ਜਿਹੜਾ ਟਾਈਮ ਜ਼ੋਨ ਦਾ ਡਿਫਰੈਂਸ ਆ ਪਹਿਲਾਂ ਤਾਂ ਸਾਡਾ ਇੰਡੀਆ ਨਾਲ ਹੁੰਦਾ ਸੀ ਤੇ ਹੁਣ ਮੈਂ ਪਿੱਛੇ ਦੇ ਜਦੋਂ ਦਾ ਸੋਸ਼ਲ ਕਲੱਬ ਅਸੀਂ ਨਵਾਂ ਸ਼ੋਅ ਸ਼ੁਰੂ ਕੀਤਾ ਮੈਂ ਡਿਫਰੈਂਟ ਡਿਫਰੈਂਟ ਟਾਈਮ ਜ਼ੋਨ ਦੇ ਲੋਕਾਂ ਨੂੰ ਇੰਟਰਵਿਊ ਕਰ ਰਿਹਾ ਤੇ ਬੜਾ ਔਖਾ ਹੁੰਦਾ ਕਈ ਵਾਰੀ ਤੇ ਕਈ ਵਾਰੀ ਅੱਧੀ ਰਾਤ ਹੋ ਜਾਂਦੀ ਹੈ ਸਾਡੇ ਇੱਥੇ ਤਾਂ ਮੈਨੂੰ ਉਦੋਂ ਵੀ ਸ਼ੋਅ ਕਰਨਾ ਪੈਂਦਾ ਰਿਕਾਰਡ ਨਹੀਂ ਮੈਨੂੰ ਯਾਦ ਹੈ ਮੈਂ ਪਹਿਲਾਂ ਤੇ ਤੁਹਾਨੂੰ ਕੋਲੋਂ ਮਾਫੀ ਮੰਗਾਂਗੀ ਤੁਸੀਂ ਹੁਣ ਸਕਰੀਨ ਤੇ ਜਾਣ ਕੇ ਕੁਐਸਚਨ ਪੁੱਛਿਆ ਕਿ ਮੈਂ ਤੁਹਾਨੂੰ ਸੌਰੀ ਕਵਾਂ ਕਿਉਂਕਿ ਨਾ ਮੈਨੂੰ ਪਤਾ
ਜਦੋਂ ਆਪਾਂ ਗੱਲ ਕਰ ਰਹੇ ਸੀ ਜਾਂ ਮੈਂ ਤੁਹਾਡੀ ਕਾਲ ਮਿਸ ਕਰ ਰਹੀ ਸੀ ਜਾਂ ਤੁਸੀਂ ਮੇਰੀ ਕਾਲ ਮਿਸ ਕਰ ਰਹੇ ਸੀਗੇ ਤੇ ਮੈਨੂੰ ਆਪਣੇ ਆਪ 'ਚ ਵੀ ਗਿਲਟ ਫੀਲ ਹੋ ਰਿਹਾ ਸੀਗਾ ਕਿ ਮੈਂ ਗੱਲ ਕਿਉਂ ਨਹੀਂ ਕਰ ਪਾ ਰਹੀ ਤੇ ਫਿਰ ਜੇ ਮੈਂ ਤੁਹਾਨੂੰ ਕਰਦੀ ਸੀ ਪਰ ਤੁਹਾਡਾ ਸ਼ੁਕਰੀਆ ਦਾ ਤੁਸੀਂ ਅੱਧੀ ਰਾਤ ਵੀ ਮੈਂ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਤੁਹਾਨੂੰ ਸੀਗਾ ਹੁਣ ਇੰਨੇ ਪਤਾ ਨਹੀਂ ਦੁਬਾਰਾ ਕਦੋਂ ਕਰਨਾ ਜਾਂ ਫਿਰ ਮੈਂ ਮਿਸ ਕਰ ਦਾਂਗਾ ਫਿਰ ਵੀ ਤੁਸੀਂ ਚੁੱਕ ਕੇ ਮੈਨੂੰ ਕਾਲ ਤੇ ਬਰੀਫ ਕਰਤਾ ਸੀ ਹਨਾ ਕਿ ਇਹ ਟਾਈਮਿੰਗ ਰਹਿਣਗੇ ਇੱਦਾਂ ਕਰਕੇ ਤੇ ਸਵੇਰੇ ਸਵੇਰੇ ਤੁਸੀਂ ਮੈਨੂੰ ਉਠਾਇਆ ਮੇਰੀ ਅੱਖਾਂ ਦੇਖ ਲਓ ਮਾਲੇ ਚੁੱਕੀ ਪਈ ਇਸ ਬਾਅਦ ਫੋਨ ਵਿੱਚ ਜਾਣਾ ਤੇ ਤੁਸੀਂ ਦੱਸਿਆ ਵੀ ਤੁਸੀਂ ਕੈਨੇਡਾ ਤੋਂ ਮੈਂ ਸਿਡਨੀ ਤੋਂ ਪਰ ਇੱਕ ਚੀਜ਼ ਕਾਮਨ ਹੈ ਦੋਨੋਂ ਪੰਜਾਬ ਤੋਂ ਤੇ ਦੋਨੋਂ ਦਿਲ ਤੋਂ ਦੇਸੀ ਦੇਸੀ ਪਿਓਰ ਦੇਸੀ ਮੈਂ ਤਾਂ ਪੂਰਾ ਦੇਸੀ ਹਾਂ ਜੀ ਤੇ ਸਲੋਨੀ ਜਿਹੜੀ ਹੁਣ ਗੱਲ ਕਰੀਏ ਜਿਵੇਂ ਹੁਣ ਤੁਹਾਡੇ ਕੋਲ ਕਮੇਡੀ ਹੈ ਜਿਹੜੀ ਬਿਲਕੁਲ ਆਪਾਂ ਕਹਿ ਦਈਏ ਕਿ ਨਵੀਂ ਆ ਕੁਝ ਪਹਿਲਾਂ ਹੁੰਦਾ ਸੀਗਾ ਕਿ ਕੁਛ ਕਮੇਡੀ ਨੂੰ ਨਾ ਇੱਕ ਸਕ੍ਰਿਪਟਡ ਬਣਾਇਆ ਜਾਂਦਾ ਹੁੰਦਾ ਸੀ ਤੇ ਅੱਜ ਕੱਲ੍ਹ ਜਿਹੜੀ ਕਮੇਡੀ ਆ ਉਹ ਮੇਰੇ ਖਿਆਲ ਜਿਹੜੀ ਅਬਜ਼ਰਵੇਸ਼ਨ ਆਪਾਂ ਕਰਦੇ ਹਾਂ ਉਹਦੇ ਤੋਂ ਕਮੇਡੀ ਨਿਕਲ ਰਹੀ ਹੈ ਕਿਤੇ ਨਾ ਕਿਤੇ ਆਪਣੇ ਜਿਹੜਾ ਟੈਲੈਂਟ ਖੁਦ ਦਾ ਉਹ ਜ਼ਿਆਦਾ ਇਸਤੇਮਾਲ ਹੋ ਰਿਹਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੈਂ ਬੇਸਿਕਲੀ ਮੈਨੂੰ ਮੈਂ ਸਾਰਿਆਂ ਦੀ ਤੇ ਗੱਲ ਨਹੀਂ ਕਰ ਸਕਦੀ ਪਰ ਜੇ ਮੈਂ ਆਪਣੀ ਗੱਲ ਕਰਾਂ ਤੇ ਹਾਲੇ ਤੱਕ ਵੀ ਮੈਂ ਜਿੰਨੀ ਵੀ ਕਾਮੇਡੀ ਕੀਤੀ ਹੈ ਜਾਂ ਜੇ ਮੈਂ ਕਰਦੀ ਹਾਂ ਤੇ ਮੈਂ ਬਹੁਤ ਛੋਟੇ ਛੋਟੇ ਟੌਪਿਕਸ ਚੁੱਕਦੀ ਹਾਂ ਜਿਹੜੇ ਬੜੇ ਕਾਮਨ ਤੇ ਹਨਾ ਤੁਸੀਂ ਰਿਲੇਟ ਕਰ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਹਸਬੈਂਡ ਵਾਈਫ ਹੈ ਪੇਰੈਂਟਸ ਨੇ ਤੇ ਬੱਚੇ ਨੇ ਸਕੂਲ ਹੈ ਟੀਚਰ ਹੈ ਟ੍ਰੈਫਿਕ ਹੈ ਜਾਂ ਕਹਿ ਲਓ ਗਰਲਫ੍ਰੈਂਡ ਬੋਏਫ੍ਰੈਂਡ ਹੈ ਜਾਂ ਕਹਿ ਲਓ ਕਿ ਸਿਸਟਰਸ ਨੇ ਬ੍ਰਦਰਸ ਨੇ ਏਦਾਂ ਦੀ ਛੋਟੀ 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 ਕਿਚਨ ਦੀਆਂ ਗੱਲਾਂ ਹੋ ਗਈਆਂ ਘਰ ਦੀਆਂ ਗੱਲਾਂ ਹੋ ਗਈਆਂ ਛੋਟੀ ਜਿਹੀਆਂ ਗੱਲਾਂ ਜਿਹੜੀਆਂ ਸਾਰੇ ਰਿਲੇਟ ਕਰ ਸਕਦੇ ਨੇ ਹਨਾ ਕਿ ਹਾਂ ਇਹ ਸਾਡੇ ਨਾਲ ਵੀ ਹੋਇਆ ਜਾਂ ਹਾਂ ਏਦਾਂ ਹੁੰਦਾ ਤੇ ਮੈਂ ਬਹੁਤ ਸਮਝਦਾਰਾਂ ਵਾਲੀ ਕਾਮੇਡੀ ਨਹੀਂ ਕਰ ਸਕਦੀ ਮੈਨੂੰ ਇੰਨੀਆਂ ਕਰਨੀਆਂ ਹੈਗੀਆਂ ਸਲੋਨੀ ਹੁਣ ਤੁਸੀਂ ਗੱਲ ਕੀਤੀ ਸਕੂਲ ਦੀ ਤੇ ਟੀਚਰ ਦੀ ਤੇ ਸਕੂਲ ਟਾਈਮ 'ਚ ਕਦੇ ਨਕਲ ਮਾਰੀ ਸੀ ਜਾਂ ਨਕਲ ਮਰਵਾਈ ਸੀ ਕਿਸੇ ਨੂੰ ਹਾਂਜੀ ਮਤਲਬ ਓਦਾਂ ਕੀ ਹੁੰਦਾ ਸੀਗਾ ਇੱਕ ਵਾਰੀ ਨਾ ਮੈਨੂੰ ਸਾਰੀ ਕਲਾਸ ਦਾ ਲੜਕਾ ਸੀਗਾ ਉਹ ਨਾ ਏਦਾਂ ਨਾ ਮੈਨੂੰ ਕੁਐਸਚਨ ਪੁੱਛ ਰਿਹਾ ਸੀਗਾ ਤੁਹਾਨੂੰ ਪਤਾ ਕੁੜੀਆਂ ਚਲੋ ਥੋੜਾ ਬਹੁਤ ਪੜ੍ਹ ਕੇ ਆਈਆਂ ਹੁੰਦੀਆਂ ਹਨਾ ਤੇ ਉਹ ਵੈਸੇ ਸੋਰੀ ਮੈਨੂੰ ਗੱਲ ਸੁਣਾ ਦੇ ਪਹਿਲੇ ਹੱਸ ਆ ਗਏ ਉਹ ਨਾ ਏਦਾਂ ਹੁੰਦਾ ਨਾ ਉਹਨਾਂ ਇਸ਼ਾਰਾ ਮੈਨੂੰ ਕਰ ਰਿਹਾ ਸੀਗਾ ਕਿ ਮੈਨੂੰ ਥਰਡ ਦਾ ਆਨਸਰ ਦੱਸ ਥਰਡ ਕੁਐਸਚਨ ਦਾ ਨਾ ਏਦਾਂ ਉਹਨੇ ਮੈਨੂੰ ਇਸ਼ਾਰਾ ਕੀਤਾ ਥਰਡ ਕੁਐਸਚਨ ਦਾ ਉਹਨੇ ਏਦਾਂ 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 ਕਰ ਰਿਹਾ ਸੀ ਮੈਨੂੰ ਪੁੱਛ ਕੌਨਸਾ ਵਾਲਾ ਤੇ ਉਹ ਮੈਨੂੰ ਫਿਰ ਦੱਸੇ ਥਰਡ ਵਾਲਾ ਉਹਨੀ ਦੇਰ ਨੂੰ ਮੈਂ ਨਾ ਏਦਾਂ ਦਿਖ ਰਹੀ ਸੀਗੀ ਨਾਲ ਉਹਦੇ ਸਾਹਮਣੇ ਸੁਪਰਵਾਈਜ਼ਰ ਨੇ ਨਾ ਉਹਨੂੰ ਦੇਖ ਲਿਆ ਤੇ ਉਹਨੇ ਨਾ ਏਦਾਂ ਕੀਤਾ ਸੀ ਉਹਨੇ ਨਾ ਏਦਾਂ ਕਰਨ ਲੱਗ ਪਿਆ ਮੈਨੂੰ ਮੇਰਾ ਨਾ ਮੈਂ ਓਦਾਂ ਹੀ ਫੜੀ ਗਈ ਕਿਉਂਕਿ ਮੈਨੂੰ ਓਦਾਂ ਹੀ ਹਾਸਾ ਨਿਕਲ ਗਿਆ ਮੈਮ ਨੂੰ ਪਤਾ ਲੱਗ ਗਿਆ ਸਮਥਿੰਗ ਇਜ਼ ਰੋਂਗ ਹੈ ਨਾ ਕੁਛ ਚੱਲ ਰਿਹਾ ਇੱਥੇ ਕਿਉਂਕਿ ਉਹਨੇ ਬੜਾ ਪਿਆਰਾ ਹੈ ਉਹਨੇ ਏਦਾਂ ਕੀਤਾ ਮੇਰੀ ਗਲਤੀ ਮੈਨੂੰ ਸਮਝ ਨਹੀਂ ਆਈ ਜਿੱਦਾਂ ਹੀ ਮੈਮ ਨੇ ਦੇਖਿਆ ਵਿਚਾਰੇ ਆਪਣੇ ਮੂੰਹ ਦੇ ਥੱਪੜ ਮਾਰ ਲਿਆ ਕਿ ਮਤਲਬ ਹੈ ਨਾ ਆਪਾਂ ਛੁਪਾਉਂਦੇ ਨਾ ਆਪਣੀ ਗਲਤੀ ਤੇ ਮੈਨੂੰ ਉਹਦੀ ਉਹ ਗੱਲ ਨੀ ਭੁੱਲਦੀ ਹੈਗੀ ਉਹ ਵਿਚਾਰੇ ਨੂੰ ਆਨਸਰ ਵੀ ਨਹੀਂ ਮਿਲਿਆ ਤੇ ਮੈਮ ਕੋਲੇ ਝਿੜਕਾ ਵੀ ਮਿਲ ਗਿਆ ਤੇ ਮੈਂ ਜਿੱਦਾਂ ਹੱਸਦੀ ਹਾਂ ਨਾ ਮੈਂ ਵੈਸੇ ਹੀ ਫੜੀ ਜਾਂਦੀ ਹਾਂ ਕਿ ਇਹਦੀ ਗਲਤੀ ਹੋਏਗੀ ਕਾਲਜ ਵਿੱਚ ਜੇ ਕੋਈ ਵੀ ਹੱਸਦਾ ਸੀਗਾ ਨਾ ਕੋਈ ਵੀ ਸ਼ਰਾਰਤ ਕਰਦਾ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਗਲਤੀ ਇਹਦੀ ਹੈ ਮੈਂ ਫੜੀ ਜਾਂਦੀ ਸੀਗੀ ਕਿਉਂਕਿ ਮੇਰਾ ਹਾਸਾ ਬਹੁਤ ਕੱਚਾ ਬਿਲਕੁਲ ਸਲੋਨੀ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਦੇ ਆਪ ਤੇ ਤੁਹਾਡਾ ਕੰਟਰੋਲ ਨਹੀਂ ਹੈਗਾ ਹੱਸਦੇ ਅੱਜ ਯਕੀਨ ਹੋ ਗਿਆ ਮੈਨੂੰ ਮੈਨੂੰ ਜਿੱਥੇ ਨਹੀਂ ਨਾ ਹੱਸਣਾ ਹੁੰਦਾ ਮੇਰਾ ਉੱਥੇ ਵੀ ਹਾਸਾ ਨਿਕਲ ਜਾਂਦਾ ਮੈਂ ਕੰਟਰੋਲ ਔਰ ਜਦੋਂ ਮੈਂ ਕੰਟਰੋਲ ਕਰਦੀ ਹਾਂ ਫਿਰ ਜ਼ਿਆਦਾ ਹਾਸਾ ਨਿਕਲਦਾ ਇਸ ਕਰਕੇ ਤੇ ਮੈਨੂੰ ਲੱਗਦਾ ਕਿ ਇਹ ਕੋਈ ਗੱਚ ਗਲਤ ਥੋੜੀ ਹੈ ਤੁਸੀਂ ਜੇ ਐਕਸਟਰਾ ਹੱਸ ਲਓਗੇ ਤਾਂ ਕੋਈ ਨੁਕਸਾਨ ਨਹੀਂ ਚਲੋ ਆਪਾਂ ਹੁਣ ਸ਼ੋਅ ਨੂੰ ਅਗਲੇ ਸੈਗਮੈਂਟ ਵੱਲ ਵਧਾਉਂਦੇ ਹਾਂ ਜਿਹਦੇ 'ਚ ਹੈਗਾ ਦਿਸ ਐਂਡ ਦੈਟ ਤੇ ਪਹਿਲਾ ਮੇਰਾ ਜਿਹੜਾ ਹੈਗਾ ਕੁਐਸਚਨ ਇਹ ਹੈ ਕਿ ਤੁਹਾਨੂੰ ਇੰਟਰਵਿਊ ਲੈਣਾ ਪਸੰਦ ਹੈ ਜਾਂ ਇੰਟਰਵਿਊ ਦੇਣਾ ਪਸੰਦ ਹੈ ਮੈਨੂੰ ਦੋਨੋਂ ਪਸੰਦ ਹੈ ਕਿ ਜਦੋਂ ਮੈਂ ਸਪੈਸ਼ਲੀ ਮੈਨੂੰ ਤੇ ਪਸੰਦ ਹੈ ਮੇਰੇ ਘਰ ਦਿਆਂ ਨੂੰ ਵੀ ਪਸੰਦ ਹੈ ਮੈਂ ਜਦੋਂ ਕਿਸੇ ਦਾ ਇੰਟਰਵਿਊ ਕਰਦੀ ਹਾਂ ਉਦੋਂ ਵੀ ਖੁਸ਼ ਹੁੰਦੇ ਆ ਜਦੋਂ ਮੈਂ ਆਪ ਇੰਟਰਵਿਊ ਦਿੰਦੀ ਹਾਂ ਹਨਾ ਜਾਂ ਮੈਨੂੰ ਕੋਈ ਕੁਐਸਚਨਸ ਪੁੱਛਦਾ ਫਿਰ ਉਹ ਨਿਊਜ਼ਪੇਪਰ 'ਚ ਚੈਨਲਸ ਵਿੱਚ ਆਉਂਦਾ ਉਹਨਾਂ ਨੂੰ ਬਹੁਤ ਪਸੰਦ ਆਉਂਦਾ ਪਰ ਮੈਨੂੰ ਬੇਸਿਕਲੀ ਬੋਲਣਾ ਪਸੰਦ ਹੈ ਮੈਨੂੰ ਜਿੱਦਾਂ ਮਰਜ਼ੀ ਬੁਲਵਾ ਲਓ ਚਾਹੇ ਇੰਟਰਵਿਊ ਲੈ ਲਓ ਚਾਹੇ ਇੰਟਰਵਿਊ ਦਿਵਾ ਲਓ ਤਾਂ ਮੈਨੂੰ ਬੋਲਣਾ ਬਹੁਤ ਪਸੰਦ ਹੈ ਚੁੱਪ ਨਹੀਂ ਮੈਂ ਰਹਿ ਸਕਦੀ ਸਟੈਂਡ ਅਪ ਕਮੇਡੀਅਨ ਜਾਂ ਐਕਟਰੈਸ ਹਾਏ ਸਟੈਂਡ ਅਪ ਕਾਮੇਡੀ ਤਾਂ ਮੈਂ ਸ਼ੁਰੂ ਕੀਤਾ ਸੀਗਾ ਬਟ ਪਰ ਸਾਰਿਆਂ ਦੇ ਪਿਆਰ ਨੇ ਜਾਂ ਤੁਸੀਂ ਕਹਿ ਲਓ ਕਿ ਕਿਉਂਕਿ ਮੈਂ ਆਡੀਅੰਸ ਦੇ ਬਿਨਾਂ ਆਪਾਂ ਕੁਛ ਵੀ ਨਹੀਂ ਹੁੰਦੇ ਤੁਸੀਂ ਵੀ ਸਮਝਦੇ ਹੋ ਨਾ ਤੇ ਉਹ ਮੈਂ ਕਹਿਣਾ ਚਾਹਾਂਗੀ ਕਿ ਹੁਣ ਐਕਟਰੈਸ ਕਹਿ ਲਓ ਜਾਂ ਸਟੈਂਡ ਅਪ ਕਾਮੇਡੀ ਮੈਂ ਬਹੁਤ ਤੇ ਜੇ ਸਟਰੀਟ ਫੂਡ ਜਾਂ ਵਧੀਆ ਕਿਤੇ ਲਿਸਟ ਪੁਸ਼ਕ ਵਾਲੇ ਵੱਡੇ ਹੋਟਲ 'ਚ ਬਹਿ ਕੇ ਖਾਣਾ ਸਟਰੀਟ ਫੂਡ ਮੈਂ ਤੇ ਜਦੋਂ ਚੈਨਲਸ ਨਾਲ ਆਪਾਂ 5 ਸਟਾਰ 'ਚ ਵੀ ਖਾ ਕੇ ਆ ਜਾਂਦੇ ਆ ਨਾ ਜਾਂ 7 ਸਟਾਰ 'ਚ ਵੀ ਤੇ ਮੈਂ ਆ ਕੇ ਨਾ ਜਿਹੜੇ ਰੇੜੀ ਵਾਲੇ ਗੋਲ ਗੱਪੇ ਨਾ ਨਾ ਖਾਣਾ ਮੈਨੂੰ ਰੈਸਟੋਰੈਂਟ ਦੇ ਵਿੱਚ ਗੋਲ ਗੱਪੇ ਖਾਣ ਦਾ ਮਜ਼ਾ ਹੀ ਨਹੀਂ ਆਉਂਦਾ ਮੈਂ ਕੀ ਕਰਾਂ ਮੈਨੂੰ ਲੱਗਦਾ
ਇਹ ਯੂਨੀਵਰਸਲ ਪ੍ਰੋਬਲਮ ਹੈ ਜਿਹੜੀ ਗੋਲ ਗੱਪਿਆਂ ਵਾਲੀ, ਇਹ ਸੋਲਵ ਹੋਣੀ ਚਾਹੀਦੀ, ਇਹਨੂੰ ਵਰਲਡ ਲੈਵਲ ਤੇ ਇਹਨੂੰ ਡਿਸਕਸ਼ਨ ਚੱਲਣੀ ਚਾਹੀਦੀ ਹੈ ਗੋਲ ਗੱਪਿਆਂ ਵਾਲੀ ਤਾਂ ਮੈਨੂੰ ਲੱਗਦਾ। ਮੁੱਦਾ ਇੱਕ ਬੜਾ ਤਗੜਾ ਮੁੱਦਾ ਹੈਗਾ ਕਿ ਇੱਦਾਂ ਕਿਉਂ ਮੈਂ ਕਹਾਂ ਸੁਣੋ 7 star 5 star ਜਾਂ 3 star ਦੇ ਵਿੱਚ ਤੁਸੀਂ ਜਾ ਕੇ ਤੁਸੀਂ ਗੋਲ ਗੱਪੇ ਦਾ ਮਜ਼ਾ ਆਉਣਾ, ਪਰ ਅੱਜ ਹੀ ਨਹੀਂ ਹੁੰਦਾ। ਮੈਨੂੰ ਤਸੱਲੀ ਨਹੀਂ ਹੁੰਦੀ, ਮੈਨੂੰ ਇੱਦਾਂ ਹੁੰਦਾ ਉਹ ਮਜ਼ਾ ਥੋੜ੍ਹੀ ਆਇਆ, ਮੈਨੂੰ ਤਾਂ ਨਹੀਂ ਉਹ ਭਈਆ ਤਿੱਖਾ ਵਾਲਾ ਭਈਆ ਮਿੱਠਾ ਵਾਲਾ ਉਹ ਜਿਹੜਾ ਮਜ਼ਾ ਹੈ ਨਾ ਉਹ ਨਹੀਂ ਆਉਣਾ, ਅਤੇ ਮੈਂ ਸਟਰੀਟ ਫੂਡ। ਚਲੋ ਵਧੀਆ ਫਿਰ ਤਾਂ। ਤੇ ਅਗਲਾ ਹੈਗਾ ਇੱਕ ਦਿਨ ਬਿਨਾਂ ਫੋਨ ਤੋਂ ਜਾਂ ਬਿਨਾਂ ਫੂਡ ਤੋਂ। ਬਿਨਾਂ ਫੋਨ ਤੋਂ। ਪੰਜਾਬੀ ਫਿਲਮਾਂ ਜਾਂ ਬਾਲੀਵੁੱਡ ਹਿੰਦੀ ਫਿਲਮਾਂ? ਪੰਜਾਬ ਤੋਂ ਆ ਤੇ ਪੰਜਾਬੀ ਤੇ ਛੱਡ ਹੀ ਨਹੀਂ ਸਕਦੇ ਹਨਾ, ਤੇ ਪੰਜਾਬੀ ਦੇ ਨਾਲ ਜੇ ਬਾਲੀਵੁੱਡ ਕਰ ਲਾਂਗੇ ਤੇ ਉਹ ਵੱਖਰੀ ਗੱਲ ਹੈ, ਪਰ ਪੰਜਾਬੀ ਨਹੀਂ ਛੱਡਣੀ। ਕੀ ਬਾਤ ਹੈ ਜੀ। ਤੇ ਸਿੱਧੂ ਮੂਸੇ ਵਾਲਾ ਜਾਂ ਕਰਨ ਔਜਲਾ? ਦੋਨੋਂ ਹੀ। ਤੇ ਜਿਹੜਾ ਅਗਲਾ ਹੈਗਾ ਵਾ ਕਿ ਲੈਪਟਾਪ ਜਾਂ ਆਈਪੈਡ? ਕੰਮ ਆਣਾ ਚਾਹੀਦਾ ਕੋਈ ਵੀ ਹੋ ਜਾਏ। ਕਿਹੜਾ ਜ਼ਿਆਦਾ ਯੂਜ਼ ਕਰਦੇ ਹੋ? ਮੈਂ ਦੋਨੋਂ ਹੀ ਨਹੀਂ ਯੂਜ਼ ਕਰਦੀ ਮੰਨੋਗੇ, ਮੈਂ ਦੋ ਮਸਾ ਹੀ, ਮੈਂ ਫੋਨ ਆ ਨਾ ਮੇਰੇ ਕੋਲ, ਮੈਨੂੰ ਉਹ ਵੀ ਇੰਨਾ ਔਖਾ ਲੱਗਦਾ ਨਾ, ਮੈਨੂੰ ਉਹ ਵੀ ਲੱਗਦਾ ਜੇ ਕਿਸੇ ਨੇ ਮੈਸੇਜ ਕੀਤਾ ਨਾ ਉਹ ਮੈਨੂੰ ਫੋਨ ਕਰਕੇ ਕਹਿਣਗੇ ਕਿ ਤੈਨੂੰ ਮੈਸੇਜ ਕੀਤਾ ਸੀ ਤੂੰ ਪੜਿਆ ਨਹੀਂ, ਤੇ ਮੈਂ ਕਹਾਂਗੀ ਪਲੀਜ਼ ਮੈਨੂੰ ਗੱਲ ਦੱਸ ਦਿਓ ਤੁਸੀਂ ਫੋਨ ਦੇ ਉੱਤੇ ਕੀ ਗੱਲ ਹੈ। ਤੇ ਮੈਂ ਜ਼ਿਆਦਾ ਤੁਹਾਨੂੰ ਦੱਸਿਆ ਨਾ ਮੈਂ ਜ਼ਿੰਦਗੀ ਬਿਤਾਉਣ 'ਚ ਬਹੁਤ ਵਿਸ਼ਵਾਸ ਰੱਖਦੀ ਹਾਂ, ਮੈਨੂੰ ਫੋਨ ਫੋਨ ਹੈ, ਅਸੀਂ ਇੰਨਾ ਜ਼ਿਆਦਾ ਵਿੱਚ ਵੜ ਗਿਆ ਨਾ ਟੈਕਨੀਕਲ ਚੀਜ਼ਾਂ ਦੇ ਵਿੱਚ, ਮੈਨੂੰ ਨਹੀਂ ਨਾ ਆਈਪੈਡ ਨਾ ਟੈਬਲੇਟ ਅਤੇ ਨਾ ਲੈਪਟੋਪ, ਬਸ ਫੋਨ ਹੈ, ਚਲੋ ਕੰਮ ਦਾ, ਚਲੋ ਕੰਮ ਸਰਦਾ ਸਰਦਾ। ਜਿਹੜਾ ਅਗਲਾ ਵਾ ਉਹ ਹੈਗਾ ਵਾ ਘੁੰਮਣ ਘੁਮਾਉਣ ਦਾ, ਕਿ ਆਪਦੀ ਪਰਸਨਲ ਕਾਰ 'ਚ ਘੁੰਮਣਾ ਵਧੀਆ ਲੱਗਦਾ ਜਾਂ ਟ੍ਰੇਨ 'ਚ ਵਧੀਆ ਲੱਗਦਾ? ਮੈਨੂੰ ਦੋਨਾਂ 'ਚ, ਹੁਣ ਜਿੱਦਾਂ ਮੈਂ ਆਫਿਸ ਜਾਣਾ ਤੇ ਮੈਂ ਕਾਰ 'ਚ ਚੱਲ ਜਾਵਾਂਗੀ, ਬਟ ਜਦੋਂ ਮਸਤੀ ਕਰਨੀ ਹੈ ਤੁਸੀਂ, ਮੈਨੂੰ ਨਾ ਐਕਚੁਅਲੀ ਇਕੱਲੇ ਕਾਰ ਚਲਾਉਣਾ ਬਹੁਤ ਔਖਾ ਲੱਗਦਾ, ਮੈਨੂੰ ਹੁੰਦਾ ਹਾਏ ਮੈਂ ਇਕੱਲੀ ਕਿਹਦੇ ਨਾਲ ਗੱਲ ਕਰਾਂ ਹਨਾ, ਫਿਰ ਮੈਂ ਸ਼ੀਸ਼ਾ ਖੋਲ ਕੇ ਇੱਧਰ ਉੱਧਰ ਗੋਰਿਆਂ ਨੂੰ ਦੇਖਦੀ ਰਹਿੰਦੀ ਹਾਂ ਕਿ ਪਲੀਜ਼ ਮੇਰੇ ਨਾਲ ਗੱਲ ਕਰੋ ਹਨਾ, ਤੇ ਮੈਂ ਕਾਰ ਵਿੱਚ ਜੇ ਮੈਂ ਇਕੱਲੀ ਹੋਵਾਂ ਫਿਰ ਮੈਂ ਬੋਰ ਹੋ ਜਾਂਦੀ ਹਾਂ, ਫਿਰ ਮੈਨੂੰ ਨੀਂਦ ਆਉਣ ਲੱਗ ਪੈਂਦੀ ਹੈ ਕਿ ਮੈਂ ਹੁਣ ਕਾਰ ਚਲਾਵਾਂ ਕਿੱਦਾਂ ਹਨਾ, ਜਾਂ ਮਿਊਜ਼ਿਕ ਚਾਹੀਦਾ, ਤੇ ਜੇ ਉੱਦਾਂ ਮੈਂ ਮਸਤੀ ਕਰਨੀ ਫਿਰ ਮੈਂ ਟ੍ਰੇਨ ਦੇ ਵਿੱਚ, ਫਿਰ ਨਾਲ ਕੋਈ ਵੀ ਬੈਠਾ ਹੁੰਦਾ ਮੈਂ ਉਹਦੇ ਨਾਲ ਸ਼ੁਰੂ ਹੋ ਜਾਂਦੀ ਹਾਂ, ਹੋਰ ਕਿੱਧਰ ਕਿੱਦਾਂ ਫਿਰ ਕਿਹੜੇ ਪਿੰਡੋਂ ਦੀ ਸੀ। ਵੈਸੇ ਬੱਸ ਦਾ ਸਫ਼ਰ ਤੇ ਟ੍ਰੇਨ ਦਾ ਸਫ਼ਰ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੁੰਦਾ ਵਾ, ਸਪੈਸ਼ਲੀ ਜਦੋਂ ਵਿੱਚ ਖਾਣ ਪੀਣ ਨੂੰ ਆਉਂਦਾ ਨਾ, ਮੈਨੂੰ ਉਹ ਬੜਾ ਮਜ਼ਾ ਆਉਂਦਾ। ਮਤਲਬ ਖਾਣ ਪੀਣ ਨਹੀਂ ਛੱਡਣਾ, ਪੰਜਾਬੀ ਕਿਤੇ ਵੀ ਪਹੁੰਚ ਜਾ ਖਾਣ ਪੀਣ ਨਹੀਂ ਛੱਡਣਾ ਅਸੀਂ, ਖਾਓ ਪੀਓ ਐਸ਼ ਨਾ ਮੰਨੋਗੇ ਸੱਚੀ। ਜਦੋਂ ਨਾ ਕਈ ਵਾਰ ਹੁੰਦਾ ਸੀ ਨਾ ਕਿ ਜਦੋਂ ਆਪਾਂ ਕਿਤੇ ਜਾਈਦਾ ਲੰਬੇ ਸਫ਼ਰ ਤੇ ਜਾਈਦਾ ਤੇ ਘਰ ਦੇ ਕੁਝ ਬਣਾ ਕੇ ਲੈ ਕੇ ਜਾਂਦੇ ਨਾ, ਸੁੱਕੀ ਸਬਜ਼ੀਆਂ ਨਾਲ ਚਪਾਤੀ ਇੱਦਾਂ ਦੇ ਇੱਦਾਂ ਹਨਾ, ਤੇ ਉਹ ਹਾਲੇ ਨਾ ਮੇਰੀ ਇੰਨੀ ਗੰਦੀ ਆਦਤ ਹੈ, ਮੈਨੂੰ ਜਿੱਦਾਂ ਮੰਨ ਲਓ ਕਾਰ 'ਚ ਵੀ ਗਏ ਆ ਜਾਂ ਟ੍ਰੇਨ 'ਚ ਜਾਂ ਬੱਸ 'ਚ ਵੀ ਗਏ ਆ, ਕੁਛ ਵੀ ਖਾਣ ਨੂੰ ਨਾਲ ਰੱਖੀ ਦੇ ਨਾ, ਹਾਲੇ ਗਲੀ ਨਹੀਂ ਟੱਪਣੀ ਮੈਂ ਜਾਂ ਹਾਲੇ ਟ੍ਰੇਨ ਸ਼ੁਰੂ ਨਹੀਂ ਹੋਣੀ, ਮੈਂ ਰੋਟੀ ਖੋਲ ਕੇ ਬਹਿ ਜਾਣਾ। ਠੀਕ ਹੈ, ਮੈਨੂੰ ਨਾ ਹਾਏ ਹੁਣ ਕਰੋ ਸ਼ੁਰੂ। ਠੀਕ ਹੈ ਠੀਕ ਹੈ ਜੀ, ਚਲੋ ਇਹਦੇ ਨਾਲ ਹੀ ਆਪਣਾ ਇਹ ਵੀ ਸੈਗਮੈਂਟ ਜਿਹੜਾ ਦਿਸ ਦੈਟ ਆ ਇੱਥੇ ਹੀ ਸਮਾਪਤ ਹੁੰਦਾ। ਤੇ ਸੁਣੋ ਨੀ, ਮੈਂ ਅਗਲਾ ਸਵਾਲ ਮੇਰਾ ਛੋਟਾ ਜਿਹਾ ਸੀਗਾ ਕਿ ਇੰਨੇ ਫੂਡੀ ਹੋ ਤੁਸੀਂ, ਇੰਨੇ ਫੂਡੀ ਹੋ, ਤੁਹਾਨੂੰ ਇਕੱਲਾ ਖਾਣ ਦਾ ਸ਼ੌਂਕ ਹੈ ਜਾਂ ਬਣਾਉਣ ਦਾ ਵੀ ਸ਼ੌਂਕ ਹੈ? ਮੈਨੂੰ ਦੋਨੋਂ ਸ਼ੌਂਕ ਹੈ, ਜਦੋਂ ਮੈਂ ਇੰਡੀਆ ਵਿੱਚ ਸੀਗੀ ਮੈਂ ਮਾਸਟਰ ਸ਼ੈਫ 'ਚ ਵੀ ਗਈ ਸੀਗੀ, ਅਤੇ ਮੈਨੂੰ ਖਾਣਾ ਬਣਾਉਣ ਦਾ, ਐਕਚੁਲੀ ਮੈਨੂੰ ਖਾਣ ਦਾ ਸ਼ੌਂਕ ਹੈ, ਸ਼ਾਇਦ ਇਸ ਕਰਕੇ ਮੈਨੂੰ ਬਣਾਉਣ ਦਾ ਵੀ ਹੈ, ਜਾਂ ਸਾਡੀ ਫੈਮਿਲੀ ਦੇ ਵਿੱਚ ਨਾ ਖਾਣ ਪੀਣ ਦੇ ਬੜੇ ਸ਼ੌਕੀਨ ਨੇ, ਅਤੇ ਸਾਨੂੰ ਕਈ ਵਾਰ ਲੋਕ ਕਹਿੰਦੇ ਸੀਗੇ ਤੁਸੀਂ ਰਸੋਈ 'ਚ ਸੋ ਜਾਇਆ ਕਰੋ, ਕਿਉਂਕਿ ਜੇ ਕੋਈ ਗੈਸਟ ਆਉਂਦਾ ਸੀ ਨਾ ਅਸੀਂ ਰਸੋਈ 'ਚ ਹੁੰਦੇ ਸੀ, ਖਾਂਦੇ ਰਹਿੰਦੇ ਸੀ, ਬਣਾਉਂਦੇ ਰਹਿੰਦੇ ਸੀ, ਸਾਨੂੰ ਬਹੁਤ ਸ਼ੌਂਕ ਹੈ ਖਾਣ ਪੀਣ ਦਾ ਅਤੇ ਬਣਾਉਣ ਦਾ ਵੀ, ਮੈਨੂੰ ਕਿਸੇ ਨੂੰ ਖਵਾਉਣ ਦਾ ਬਹੁਤ ਸ਼ੌਂਕ ਹੈ ਕਿ ਖਾਓ, ਜਾਂ ਮੈਨੂੰ ਆਪੇ ਵੀ ਖਾਣ ਦਾ ਸ਼ੌਂਕ ਹੈ, ਸ਼ਾਇਦ ਇਸ ਕਰਕੇ ਬਣਾਉਣ ਦਾ ਵੀ ਹੈ। ਸਲੋਨੀ, ਮੈਨੂੰ ਨਹੀਂ ਲੱਗਦਾ ਤੁਸੀਂ ਕੋਈ ਵੀ ਟੀਵੀ ਸ਼ੋਅ ਜਿਹੜਾ ਛੱਡਣਾ ਵਾ, ਖਾਣ ਵਾਲਾ, ਹੱਸਣ ਵਾਲਾ, ਜਿਹੜਾ ਮਰਜ਼ੀ ਕਮੇਡੀ ਵਾਲਾ ਜਾਂ ਐਕਟਿੰਗ ਵਾਲਾ, ਸਾਰੇ ਸ਼ੋਅ ਤੁਸੀਂ ਨੱਪਣ ਨੂੰ ਫਿਰਦੇ ਹੋ। ਤੁਸੀਂ ਮੰਨੋਗੇ ਇੱਥੇ ਮੈਂ ਆਫਿਸ ਜਾਂਦੀ ਹਾਂ ਨਾ, ਮੈਂ ਗੋਰਿਆਂ ਨੂੰ ਵੀ ਆਪਣੀ ਸਾਰੀ ਰੋਟੀ ਖਵਾਉਂਦੀ ਹਾਂ, ਹਾਲਾਂਕਿ ਉਹਨਾਂ ਨੂੰ ਮਿਰਚਾਂ ਲੱਗਦੀਆਂ, ਪਰ ਨਾਲ ਨਾਲ ਕੋਕ ਬਣਾਈ ਜਾਂਦੀ, ਨਾਲ ਨਾਲ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਖਾਓ, ਅਤੇ ਉਹਨਾਂ ਨੇ ਵੀ ਮੈਨੂੰ ਮਾਸਟਰ ਸ਼ੈਫ ਦਾ ਅਵਾਰਡ ਦਿੱਤਾ ਮੇਰੇ ਆਫਿਸ ਦੇ ਵਿੱਚ ਨਾ, ਅਤੇ ਉਹ ਮੈਨੂੰ ਲੱਗਾ ਕਿ ਚਾਟ ਪਾਪੜੀ ਖਵਾਤੀ ਸੀ ਮੈਂ ਉਹਨਾਂ ਨੂੰ ਇੱਕ ਦਿਨ, ਪਰ ਨਾ ਮੈਨੂੰ ਸਭ ਤੋਂ ਜ਼ਿਆਦਾ ਔਖਾ ਉਦੋਂ ਲੱਗਾ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਵਾਟ ਇਜ਼ ਦਿਸ ਮੈਸ, ਆ ਕੀ ਬਣਾਇਆ ਤੂੰ, ਮੈਨੂੰ ਇੰਨਾ ਸਮਝਾਉਣਾ ਔਖਾ ਹੋ ਗਿਆ,
ਫਿਰ ਮੈਂ ਉਹਨਾਂ ਨੂੰ ਕਿਹਾ ਆਹ ਦੇਸੀਆਂ ਦੇ ਨਾਚੋਸ ਨੇ ਉਹ ਸਮਝ ਗਏ ਮੇਰਾ ਜੀ ਸ਼ਹਿਰ ਹੀ ਕਹਿ ਲੋ ਪਿੰਡ ਕਹਿ ਲੋ ਸ਼ਹਿਰ ਕਹਿ ਲੋ ਮੈਂ ਪਠਾਨਕੋਟ ਸਿੱਖੀ ਤੋਂ ਆ ਜੀ ਠੰਡਾ ਇਲਾਕਾ ਜੀ ਨੂੰ ਕਹਿ ਦਿੰਦੇ ਲੋਕੀ ਪੰਜਾਬ ਵਾਲੇ ਸਾਰੇ ਨੂੰ ਠੰਡਾ ਇਲਾਕਾ ਠੀਕ ਹੈ ਤਾਂ ਹੀ ਇੰਨੀ ਕਮੇਡੀ ਦਿਮਾਗ ਠੰਡਾ ਰਹਿੰਦਾ ਤਾਂ ਹੀ ਇੰਨੀ ਕਮੇਡੀ ਆਉਂਦੀ ਹੈ ਬਿਲਕੁਲ ਮੈਨੂੰ ਬਹੁਤ ਵਧੀਆ ਲੱਗਦਾ ਆਪਣਾ ਪਠਾਨਕੋਟ ਛੋਟਾ ਜਿਹਾ ਸ਼ਹਿਰ ਹੈ ਆਪਣਾ ਤੇ ਸਾਰੇ ਜਾਣੇ ਆਪਣੇ ਹਨਾ ਸਾਰੇ ਨੋਨ ਹੀ ਨੇ ਕਹਿ ਲੋ ਕਿ ਫੈਮਿਲੀ ਦੇ ਕਰਕੇ ਸਾਰੇ ਨੋਨ ਹੀ ਨੇ ਤੇ ਇੰਨਾ ਅੱਛਾ ਲੱਗਦਾ ਕਿਤੇ ਵੀ ਬਾਹਰ ਜਾਓ ਤੇ ਖਾ ਵੀ ਜਾਈਦਾ ਠੀਕ ਹੈ ਠੀਕ ਹੈ ਤੇ ਸਲੋਨੀ ਇਹ ਕਿਵੇਂ ਤੁਸੀਂ ਇੰਡੀਆ ਤੋਂ ਆਸਟ੍ਰੇਲੀਆ ਕਿਵੇਂ ਗਏ ਜਹਾਜ ਤੁਸੀਂ ਮੈਨੂੰ ਕਿਹਾ ਰੋਬਰਟ ਰੋਬਰਟ ਲੈ ਗਏ ਕੁਐਸਚਨ ਪੁੱਛਾਂਗਾ ਤੁਸੀਂ ਮੈਨੂੰ ਕਿਹਾ ਸੀ ਮੈਂ ਸਮਝਦਾਰਾਂ ਵਾਲੇ ਕੁਐਸਚਨ ਪੁੱਛਾਂਗਾ ਮੇਰਾ ਵਿਸ਼ਵਾਸ ਉੱਡ ਗਿਆ ਤੁਹਾਡੀ ਸਮਝਦਾਰੀ ਤੋਂ ਨਹੀਂ ਜਿਹੜਾ ਸਫ਼ਰ ਆ ਜਿਹੜਾ ਤੁਸੀਂ ਇੱਥੋਂ ਉੱਧਰ ਜਾਣਾ ਕਿ ਇਹ ਇਹ ਕਿਵੇਂ ਹੋਇਆ ਬਸ ਆ ਗਏ ਉੱਪਰ ਵਾਲੇ ਨੇ ਕਹਿੰਦੇ ਨੇ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਨਾ ਉੱਥੇ ਉੱਥੇ ਪਹੁੰਚ ਜਾਈਦਾ ਹਨਾ ਤੇ ਇੱਥੇ ਤਾਂ ਲਿਖਿਆ ਸੀਗਾ ਦਾਣਾ ਪਾਣੀ ਇੱਥੇ ਆ ਗਏ ਹੁਣ ਅੱਗੇ ਪਤਾ ਨੀ ਕੈਨੇਡਾ ਨਾਲ ਨਾ ਲਿਖਿਆ ਹੋਏ ਉੱਥੇ ਆ ਜਾਈਏ ਨਿਕਲਣਾ ਥੋੜੇ ਪੈਸੇ ਪੂਸੇ ਮਿਲ ਜਾਣ ਬਸ ਆਪਾਂ ਵੀ ਆ ਜਾਣਾ ਵਰਲਡ ਟੂਰ ਤੇ ਬਸ ਪੈਸਿਆਂ ਪਿੱਛੇ ਦੌੜਦੀ ਦੁਨੀਆ ਖੁਸ਼ੀਆਂ ਪਿੱਛੇ ਦੌੜੋ ਅੱਜ ਜਿੰਨਾ ਮੈਂ ਖੁਸ਼ ਹਾਂ ਤੁਹਾਨੂੰ ਇੰਟਰਵਿਊ ਕਰਕੇ ਇੰਨੀਆਂ ਮੈਂ ਕਦੇ ਖੁਸ਼ ਨਹੀਂ ਹੋਇਆ ਗਾ ਜਿੰਨਾ ਤੁਹਾਨੂੰ ਦੇਖ ਕੇ ਖੁਸ਼ ਹੋ ਗਿਆ ਕਿ ਤੁਸੀਂ ਬਿਨ ਬ੍ਰੇਕ ਤੋਂ ਇੰਨਾ ਹਸਾਈ ਜਾਂਦੇ ਹੋ ਸੌਰੀ ਤੇ ਥੈਂਕ ਯੂ ਠੀਕ ਹੋ ਗਿਆ ਨਾ ਤੇ ਤੁਸੀਂ ਹੁਣ ਜੌਬ ਕੀ ਕਰਦੇ ਹੋ ਜੌਬ ਮੈਂ ਇੰਡੀਆ ਵਿੱਚ ਵੀ ਜਦੋਂ ਸੀਗੀ ਮੈਂ ਟ੍ਰੇਨਰ ਸੀਗੀ ਉਦੋਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਤੇ ਕਾਰਪੋਰੇਟ ਵਰਲਡ ਚ ਹਨਾ ਤੇ ਇੱਥੇ ਵੀ ਮੈਂ ਕਾਰਪੋਰੇਟ ਸੈਕਟਰ ਚ ਹਾਂ ਤੇ ਉਹ ਤੇ ਚਲੋ 9 ਟੂ 5 ਚੱਲਦਾ ਹੀ ਆ ਮੰਡੇ ਟੂ ਫਰਾਈਡੇ ਪਰ ਸੈਟਰਡੇ ਸੰਡੇ ਫੁੱਲ ਟੂ ਐਕਟਿੰਗ ਕਰੀਦੀ ਆ ਫੁੱਲ ਟੂ ਡਰਾਮਾ ਇਵੈਂਟ ਕਰੀਦੇ ਨੇ ਫਿਰ ਮਸਤੀ ਮਤਲਬ ਸੈਟਰਡੇ ਸੰਡੇ ਏਦਾਂ ਲੱਗੇਦਾ ਕਿ ਉਹ ਇੰਜੋਏ ਕਰ ਰਹੇ ਆ ਬਾਕੀ 9 ਟੂ 5 ਤੇ ਗੋਰਿਆਂ ਨਾਲ ਉਹੀ ਐ ਤੇ ਕਰ ਹੀ ਲੈਣਾ ਉਹੀ ਐ ਠੀਕ ਹੈ ਠੀਕ ਹੈ ਹੁਣ ਸੁਣ ਲਓ ਨਹੀਂ ਆਪਾਂ ਜਿਹੜਾ ਸੈਗਮੈਂਟ ਆ ਜਿਹੜਾ ਆਪਣਾ ਲਾਸਟ ਸੈਗਮੈਂਟ ਉਹਦੇ ਹੱਲ ਵੱਧਦੇ ਆ ਜਿਹਦੇ ਵਿੱਚ ਹੈਗੇ ਪੁੱਠੇ ਸਵਾਲ ਜਿਵੇਂ ਤੁਸੀਂ ਕਿਹਾ ਸੀ ਸਾਰੇ ਵਧੀਆ ਸਵਾਲ ਆ ਹੁਣ ਥੋੜੇ ਪੁੱਠੇ ਸਵਾਲ ਪੁੱਛਾਂਗੇ ਹੁਣ ਥੋੜਾ ਸ਼ੋਅ ਨੂੰ ਕੰਪਲੀਕੇਟਡ ਕਰਦੇ ਤੁਹਾਡੇ ਲਈ ਸਲੋਨੀ ਇੰਸਟਾਗ੍ਰਾਮ ਤੇ ਹੈਲੋ ਡੀਅਰ ਵਾਲੇ ਮੈਸੇਜ ਕਿੰਨੇ ਕੁ ਆਉਂਦੇ ਆ ਮੈਂ ਜਿਨ੍ਹਾਂ ਨੇ ਕੀਤੇ ਹੋਣਗੇ ਨਾ ਉਹਨਾਂ ਨੇ ਮੈਨੂੰ ਬੋਲਣਾ ਆਉਂਦੇ ਆ ਪਰ ਮੈਂ ਸੱਚੀ ਮੈਂ ਕਰ ਨਹੀਂ ਪਾਉਂਦੀ ਰਿਪਲਾਈ ਐ ਨੀ ਕਿ ਮਤਲਬ ਉਹ ਵੀ ਗੱਲ ਹੀ ਕਰਨਾ ਚਾਹੁੰਦੇ ਹੁੰਦੇ ਆ ਸਾਰੇ ਹਨਾ ਕਈ ਵਾਰ ਤੇ ਕੋਈ ਨੋ ਨੀ ਹੁੰਦਾ ਉਹ ਮੈਨੂੰ ਕਹਿੰਦਾ ਕਿ ਕਈ ਵਾਰ ਕੋਈ ਮਿਲ ਜਾਂਦਾ ਕਿ ਤੁਹਾਨੂੰ ਪਿਛਲੇ ਸਾਲ ਮੈਸੇਜ ਕੀਤਾ ਤੁਸੀਂ ਰਿਪਲਾਈ ਨਹੀਂ ਕੀਤਾ ਤੇ ਮੈਂ ਕਿਹਾ ਸੌਰੀ ਮੈਂ ਤੁਹਾਨੂੰ ਪਤਾ ਮਾਫੀਆਂ ਬਹੁਤ ਮੰਗਦੀਆਂ ਫਿਰ ਮੈਂ ਇੱਕ ਹੋਰ ਮਾਫੀ ਮੰਗ ਲੈਂਦੀ ਹਾਂ ਉੱਤੇ ਪਰ ਆਉਂਦੇ ਆ ਤੇ ਸੌਰੀ ਉਹਦੇ ਲਈ ਜੇ ਮੈਂ ਰਿਪਲਾਈ ਨਹੀਂ ਕਰਦੀ ਤੇ ਕਦੇ ਇਦਾਂ ਹੋਇਆ ਕਿ ਤੁਸੀਂ ਕਮੇਡੀ ਕੀਤੀ ਹੋਵੇ ਆਡੀਅੰਸ ਨਾਲੋਂ ਜ਼ਿਆਦਾ ਤੁਸੀਂ ਆਪ ਹੱਸ ਪਏ ਹੋਵੋ ਮੇਰੀ ਆਦਤ ਹੈ ਮੈਂ ਕੋਈ ਗੱਲ ਸੁਣਾਉਣੀ ਹੈ ਨਾ ਪਹਿਲਾਂ ਮੈਂ ਆਪ ਹੱਸ ਪੈਣਾ ਉਧਰੋਂ ਭਾਵੇਂ ਰਿਸਪੋਂਸ ਆਏ ਨਾ ਆਏ ਮੇਰਾ ਆਪਣਾ ਹਾਸਾ ਨਹੀਂ ਬੰਦ ਹੁੰਦਾ ਕਈ ਵਾਰ ਮੈਂ ਸਕੂਟੀ ਚਲਾਉਂਦੇ ਚਲਾਉਂਦੇ ਨਾ ਆਪਣੀ ਐਕਟਿਵਾ ਚਲਾਉਂਦੀ ਚਲਾਉਂਦੀ ਇਕੱਲੀ ਕੋਈ ਗੱਲ ਯਾਦ ਆ ਜਾਂਦੀ ਮੈਂ ਇਕੱਲੀ ਹੱਸੀ ਜਾਣਾ ਮੈਨੂੰ ਨਾ ਹਾਏ ਲੋਕੀ ਆਸ ਪਾਸ ਦੇਖ ਕੇ ਸੋਚਣਗੇ ਕਿ ਕਿਸ ਅੱਗੇ ਪਰ ਮੈਨੂੰ ਹਾਸਾ ਮੇਰਾ ਬੰਦ ਨਹੀਂ ਤੁਹਾਨੂੰ ਦੱਸਿਆ ਨਾ ਮੇਰੀ ਪ੍ਰੋਬਲਮ ਹੈ ਹੱਸਣ ਦੀ ਮੈਂ ਵੀ ਕੀ ਕਰਾਂ ਆਈ ਕਾਂਟ ਹੈਲਪ ਇਟ ਆਊਟ ਵੈਸੇ ਮੈਂ ਦੇਖਿਆ ਵਾ ਕਿ ਜਿਹੜੇ ਲੋਕ ਜ਼ਿਆਦਾ ਖੁਸ਼ ਰਹਿੰਦੇ ਨੇ ਉਹ ਜ਼ਿਆਦਾ ਵਧੀਆ ਰਹਿੰਦੇ ਦੂਜਿਆਂ ਨਾਲੋਂ ਤੇ ਹੋਰ ਕੀ ਮਤਲਬ ਕਿ ਫਿਰ ਸਾਡੀ ਤਵਚਾ ਤੋਂ ਸਾਡੀ ਉਮਰ ਦਾ ਪਤਾ ਨਹੀਂ ਲੱਗਦਾ ਹੱਸੀ ਜਾਈਦਾ ਫਿਰ ਤਾਂ ਮੈਂ ਵੀ ਮਸ਼ੀਨ ਫਿੱਟ ਕਰਾ ਹੀ ਲਵਾਂ ਆਪਦੀਆਂ ਤੋਂ ਕਿ ਮੇਰੀ ਵੀ ਨਾ ਉਮਰ ਪਤਾ ਲੱਗੇ ਮੈਂ ਵੀ ਹੱਸੀ ਆ ਗਿਗਲੀ ਗਿਗਲੀ ਮੈਨੂੰ ਬਾਰ ਬਾਰ ਕਰੀ ਜਾਇਆ ਕਰੇ ਮੈਂ ਤੁਹਾਨੂੰ ਫੋਨ ਕਰ ਕਰਕੇ ਨਾ ਬਾਰ ਬਾਰ ਕਹੀ ਜਾਂਦਾ ਹੱਸਿਆ ਤੁਸੀਂ 5 ਮਿੰਟ ਹੋ ਗਏ ਹੱਸਿਆ ਤੁਸੀਂ ਠੀਕ ਹੈ ਠੀਕ ਹੈ ਤੇ ਅਗਲਾ ਹੈਗਾ ਵਾ ਸਵਾਲ ਕਿ ਕਦੇ ਇਦਾਂ ਗੁੱਸੇ ਵਿੱਚ ਆਪਣਾ ਫੋਨ ਸਿੱਟਿਆ ਹੋਵੇ ਤੇ ਬਾਅਦ ਚ ਉਹਨੂੰ ਚੱਕ ਕੇ ਦੇਖਿਆ ਕਿੰਨਾ ਕੁ ਟੁੱਟ ਗਿਆ ਮੈਂ ਨਹੀਂ ਗੁੱਸਾ ਕਰਦੀ ਤੇ ਜੇ ਗੁੱਸਾ ਆਇਆ ਵੀ ਹੁੰਦਾ ਨਾ ਤੇ ਮੈਂ ਸ਼ਾਂਤ ਥੋੜਾ ਸ਼ਾਂਤ ਹੋ ਜਾਂਦੀ ਹਾਂ ਮੈਨੂੰ ਹੁੰਦਾ ਗੁੱਸੇ ਚ ਆਪਣਾ ਫੋਨ ਤੋੜਨਾ ਹੀ ਕਿਹੜੀ ਸਿਆਣਪ ਹੈਗੀ ਹੈ ਇਹ ਕੀ ਗੱਲ ਹੋਈ
ਬਾਅਦ ਚੋਂ ਮਤਲਬ ਕਿ ਫਿਰ ਸੌਰੀ ਫਿਰ ਆਪਣੇ ਆਪ ਨੂੰ ਕਹਿਣਾ ਮੈਂ ਨਹੀਂ ਮੈਂ ਗੁੱਸਾ ਨਹੀਂ ਕਰਦੀ ਗੁੱਸਾ ਆਉਂਦਾ ਮੈਂ ਜੇ ਕਿਸੇ ਨੂੰ ਆਉਂਦਾ ਮੈਂ ਉਹਨਾਂ ਨੂੰ ਵੀ ਸ਼ਾਂਤ ਕਰ ਦਿੰਦੀ ਹਾਂ ਤੇ ਜੇ ਮੈਨੂੰ ਆਉਂਦਾ ਮੈਂ ਆਪਣੇ ਆਪ ਨੂੰ ਵੀ ਕਾਮ ਡਾਊਨ ਕਰ ਲੈਂਦੀ ਹਾਂ ਗੁੱਸਾ ਕਿਉਂ ਕਰਨਾ ਤੇ ਕਦੇ ਇਦਾਂ ਹੋਇਆ ਕਿ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰੇ ਗਏ ਜਾਂ ਦੋਸਤ ਮਿੱਤਰ ਦੇ ਜਾਂਦੇ ਹੀ ਉਹਨਾਂ ਨੇ ਕਹਿਤਾ ਹੋਵੇ ਕਿ ਚੱਲ ਕਮੇਡੀ ਕਰਕੇ ਦਿਖਾ ਮੈਂ ਜਿੱਧਰ ਵੀ ਜਾਂਦੀ ਹਾਂ ਨਾ ਤੇ ਮੈਂ ਉਹਨਾਂ ਨੂੰ ਕਹਿੰਦੀ ਮੈਂ ਕਿਹਾ ਮੇਰੀ ਗੱਲ ਸੁਣ ਲਓ ਮੈਂ ਪੈਸੇ ਲੈਂਦੀ ਹਾਂ ਕਾਮੇਡੀ ਕਰਨ ਦੀ ਫ੍ਰੀ ਚ ਮੇਰਾ ਜਿਹੜਾ ਕੰਮ ਕਰਾ ਰਹੇ ਨਾ ਜਿਹੜਾ ਕਾਮੇਡੀ ਵਾਲਾ ਇਹ ਨਹੀਂ ਚੱਲਣਾ ਹੁਣ ਬੰਦ ਕਰ ਦਿਓ ਬਸ ਤੇ ਜਿੱਥੇ ਜਾਓ ਮਤਲਬ ਹੁੰਦਾ ਨਾ ਜੇ ਤੁਸੀਂ ਗਾਣਾ ਗਾਉਂਦੇ ਹੋ ਤੁਹਾਨੂੰ ਕੋਈ ਕਹੇਗਾ ਕਿ ਤੂੰ ਗਾਣਾ ਸੁਣਾ ਦੇ ਹਾਂ ਨਾ ਕਾਮੇਡੀ ਹੁਣ ਮੈਂ ਏਦਾਂ ਹਨਾ ਇੱਕ ਵਾਰੀ ਅਸੀਂ ਕਿਸੇ ਦੇ ਵਿਆਹ ਤੇ ਚੱਲ ਗਏ ਸੋਰੀ ਮੈਂ ਜ਼ਿਆਦਾ ਟਾਈਮ ਲਵਾਂਗੀ ਛੋਟੀ ਗੱਲ ਕਿਸੇ ਦੇ ਵਿਆਹ ਤੇ ਚੱਲ ਗਏ ਤੇ ਨਾ ਉਹਨਾਂ ਨੂੰ ਪਤਾ ਸੀਗਾ ਕਿ ਏਦਾਂ ਕਾਮੇਡੀ ਕਰਦੀ ਨਾ ਤੇ ਉਹਨਾਂ ਨੇ ਸਟੇਜ ਤੇ ਅਨਾਊਂਸ ਕਰਾਤਾ ਕਿ ਉਹ ਆਏ ਨੇ ਉਹਨਾਂ ਨੂੰ ਸਟੇਜ ਤੇ ਬੁਲਾ ਲਓ ਏਦਾਂ ਕਰਕੇ ਜਿਹੜੇ ਅੰਕਲ ਦੀ ਬੇਟੀ ਦਾ ਵਿਆਹ ਸੀ ਤੇ ਉਹ ਉੱਥੇ ਨਾ ਮੈਂ ਨਾ ਕਾਮੇਡੀ ਕੀਤੀ ਤੇ ਨਾ ਉਹ ਮੈਨੂੰ ਪਤਾ ਨੀ ਲੱਗਾ ਅੰਕਲ ਥੋੜੇ ਸੀਰੀਅਸ ਮਾਹੌਲ ਵਾਲੇ ਸੀ ਕਿ ਮੈਂ ਕਾਮੇਡੀ ਕੀਤੀ ਤੇ ਸਾਹਮਣੇ ਨਾ ਮੁੰਡੇ ਖੜੇ ਸੀਗੇ ਉਹ ਹੱਸ ਪਏ ਅੰਕਲ ਨੇ ਉਹਨਾਂ ਨੂੰ ਚਪੇੜਾ ਮਾਰਤੀਆਂ ਕੁੜੀ ਗੱਲ ਕਰੇਗੀ ਤੇ ਤੁਸੀਂ ਹੱਸੇ ਕਰਦੇ ਹੋ ਉਹਨਾਂ ਨੇ ਲੱਗਾ ਮੇਰਾ ਮਜ਼ਾਕ ਹੈ ਉਹਨਾਂ ਨੇ ਚਪੇੜਾ ਮਾਰਤੀਆਂ ਮੈਂ ਕਿਹਾ ਅੰਕਲ ਮੈਂ ਕਿਹਾ ਮੈਂ ਗੱਲ ਚਲਾਈ ਹੋ ਹੱਸੇ ਨੇ ਤੇ ਵੀ ਹੱਸੋ ਮੈਂ ਕਿਹਾ ਖੁਸ਼ ਰਹੋ ਉਹ ਪਤਾ ਨੀ ਕਿਉਂ ਉਹਨਾਂ ਨੂੰ ਕੀ ਲੱਗਾ ਕਿ ਉਹਨਾਂ ਲੱਗਾ ਕਿ ਉਹਨਾਂ ਨੇ ਕਈ ਅੰਕਲ ਜ਼ਿਆਦਾ ਹੀ ਪਿਆਰ ਕਰਦੇ ਹੈਗੇ ਕਿ ਨਹੀਂ ਆ ਬੱਚੇ ਨੂੰ ਸਾਡੇ ਨੂੰ ਕੋਈ ਕੁਝ ਗਲਤ ਨਾ ਬੋਲੇ ਮੈਂ ਕਿਹਾ ਅੰਕਲ ਮੈਂ ਹੱਸ ਹੀ ਪਾਇਆ ਹੀ ਹਾਂਜੀ ਹਾਂਜੀ ਤੇ ਕਦੇ ਜਿਹੜਾ ਆਪਣਾ ਪੰਜਾਬੀਆਂ ਦਾ ਕਹਿ ਲਈਏ ਕਿ ਇੱਕ ਪੰਚ ਲਾਈਨ ਕਹਿ ਲਓ ਜਾਂ ਸਲੋਗਨ ਕਹਿ ਲਓ ਜਾਂ ਕੁਛ ਵੀ ਕਹਿ ਲਓ ਇਹਨੂੰ ਕਿ ਮੈਂ ਬਸ 5 ਮਿੰਟ 'ਚ ਆਇਆ ਏਦਾਂ ਕਦੇ ਤੁਸੀਂ ਆਪਦੇ ਦੋਸਤਾਂ ਨਾਲ ਕੀਤਾ ਕਿ ਮੈਂ ਬਸ 5 ਮਿੰਟ 'ਚ ਆਇਆ ਤੇ ਅੱਧਾ ਅੱਧਾ ਘੰਟਾ 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 ਨਹੀਂ ਪਹੁੰਚੇ ਮੈਂ ਹੁਣੀ ਤੁਹਾਡੇ ਨਾਲ ਏਦਾਂ ਹੀ ਤੇ ਕੀਤਾ ਸੀ ਸ਼ੂਟ ਤੋਂ ਪਹਿਲਾਂ ਮੇਰੀ ਨਾ ਬੜੀ ਪ੍ਰੋਬਲਮ ਹੈ ਮੈਂ ਇੰਨਾ ਅਨਆਰਗੇਨਾਈਜ਼ਡ ਬੰਦਾ ਨਾ ਮੈਂ ਆਪਣਾ ਹਿਸਾਬ ਲਾਇਆ ਨਹੀਂ ਮੈਂ ਦੇਖਿਆ ਕਈ ਲੋਕੀ ਪੂਰੇ ਆਰਗੇਨਾਈਜ਼ਡ ਜਿੱਦਾਂ ਬਰਥਡੇ ਪਾਰਟੀ ਕਰਨੀ ਕੋਈ ਇਵੈਂਟ ਕਰਨਾ ਮੈਂ ਦੇਖਦੀ ਹਾਂ ਨਾ ਕਿ ਇਵੈਂਟ ਹੋਸਟ ਜਦੋਂ ਕਰਦੀ ਹਾਂ ਤੇ ਇੰਨੇ ਆਰਗੇਨਾਈਜ਼ਡ ਹੁੰਦੇ ਨੇ ਨਾ ਇਸ ਇਹ ਕਰ ਲੈਣਾ ਐਸਾ ਕਰਨਾ ਐਸੇ ਮੈਂ ਤੇ ਮੈਨੂੰ ਸਵੇਰੇ ਨਹੀਂ ਪਤਾ ਹੁੰਦਾ ਵੀ ਮੈਂ ਉੱਠ ਕੇ ਕਰਨਾ ਕੀ ਹੈ ਮੈਨੂੰ ਜਮਾ ਹੀ ਨਹੀਂ ਪਤਾ ਹੁੰਦਾ ਜਮਾ ਹੁਣ ਤੁਹਾਨੂੰ ਕਿਹਾ ਸੀ ਨਾ ਮੈਂ 5 ਮਿੰਟ 'ਚ ਕਰਦੀ ਹਾਂ ਮੈਂ ਪਿਛਲੇ ਹਫ਼ਤੇ ਤੁਹਾਨੂੰ ਵੀ ਕਿਹਾ ਸੀ ਨਾ ਮੈਂ 5 ਮਿੰਟ 'ਚ ਕਰਾਂਗੀ ਮੈਂ ਥੋੜ੍ਹਾ ਮੇਰਾ ਹੈਗਾ ਪ੍ਰੋਬਲਮ ਮੈਂ ਮੰਨ ਲੈਂਦੀ ਹਾਂ ਆਪਣੀ ਗਲਤੀ ਬਸ ਸਾਡੀ ਵੀ ਜਿਹੜੀ ਕ੍ਰੀਏਟਿਵ ਟੀਮ ਹੈ ਨਾ ਇਹ ਮੈਂਟ ਲਾਉਂਦੀ ਹੈ ਟਾਈਪ ਕਰਕੇ ਮੈਨੂੰ ਮਾਰਨ ਨੂੰ ਫੋਨ 'ਚ ਮੇਰੇ ਕਿ ਚੱਕ ਦੇ ਫੱਟੇ ਹੁਣ ਕੱਢੀ ਨਾ ਕੁਛ ਵੀ ਬਿਲਕੁਲ ਬਿਲਕੁਲ ਤੇ ਜਿਹੜਾ ਅਗਲਾ ਸਵਾਲ ਹੈਗਾ ਵਾ ਉਹ ਇਹ ਆ ਕਿ ਜੇਕਰ ਕਿਸੇ ਨੂੰ ਤੁਹਾਨੂੰ ਹਸਾਉਣਾ ਪਵੇ ਤੇ ਕਿਹੋ ਜਿਹੀ ਕਮੇਡੀ ਜਾਂ ਕਿਹੋ ਜਿਹਾ ਪੰਚ ਮਾਰਨਾ ਚਾਹੀਦਾ ਜਿਹਦੇ ਨਾਲ ਤੁਸੀਂ ਹੱਸ ਪੈਂਦੇ ਹੋ ਮੈਨੂੰ ਮੈਂ ਕਿੱਦਾਂ ਮੈਂ ਵੈਸੇ ਹੀ ਹੱਸੀ ਲੈਂਦੀ ਹਾਂ ਮੈਨੂੰ ਭਾਵੇਂ ਪੰਚ ਨਾ ਵੀ ਸੁਣਾਓ ਮੈਨੂੰ ਮੈਂ ਤੁਸੀਂ ਆਪ ਹੱਸੋ ਮੈਂ ਨਾਲ ਹੀ ਤੁਹਾਡੇ ਹੱਸ ਪੈਣਾ ਮੈਨੂੰ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਕਿ ਕੀ ਗੱਲ ਹੈ ਮੈਂ ਤੁਹਾਨੂੰ ਐਵੇਂ ਨਹੀਂ ਪੁੱਛਣਾ ਕਿ ਕਿਹੜੀ ਗੱਲ ਤੋਂ ਹੱਸਿਓ ਕਈ ਵਾਰ ਹੁੰਦਾ ਨਾ ਕਿਤੇ ਕੋਈ ਹੱਸਣਾ ਤਾਂ ਤੁਸੀਂ ਨਾਲ ਹੀ ਸ਼ੁਰੂ ਹੁੰਦੇ ਬਾਅਦ 'ਚ ਮੈਨੂੰ ਗੱਲ ਕੀ ਹੋਈ ਹੈ ਕਿਤੇ ਤੁਸੀਂ ਗਏ ਹੋ ਹਨਾ ਚੰਗਾ ਨੀ ਨਾ ਲੱਗਦਾ ਕਿ ਕਿਸੇ ਨੇ ਤੁਹਾਨੂੰ ਹੱਸੇ ਹੁਣ ਮੈਂ ਕਿਸੇ ਨੂੰ ਗੱਲ ਸੁਣਾਉਂਦੀ ਹਾਂ ਤੇ ਕੋਈ ਹੱਸਦਾ ਹਨਾ ਅੱਗੋਂ ਮੈਨੂੰ ਕੋਈ ਗੱਲ ਸੁਣਾਏਗਾ ਤੇ ਮੈਨੂੰ ਹੱਸਣਾ ਵੀ ਪੈਣਾ ਤੇ ਹੱਸਣਾ ਚਾਹੀਦਾ ਵੀ ਆ ਵਧੀਆ ਰਿਸਪੋਂਸ ਉਹਦਾ ਤੁਸੀਂ ਅਗਲੇ ਨੇ ਇੰਨੇ ਐਫਰਟਸ ਕੀਤੇ ਆ ਤੇ ਮੇਰੀ ਸਿਸਟਰ ਦੀ ਆਦਤ ਹੈ ਇੰਨੀ ਗੰਦੀ ਆਦਤ ਹੈ ਨਾ ਉਹਦੀ ਉਹ ਜਦੋਂ ਕੋਈ ਹੱਸੇ ਹੱਸ ਪਾਏਗਾ ਤੇ ਹੱਸ ਨਹੀਂ ਰਹੇਗਾ ਤੇ ਨਾਲ ਹੀ ਪੁੱਛ ਲੇਗੀ ਹੱਸਣਾ ਤਾਂ ਇਸ ਪੇ ਹੱਸਣਾ ਕਿਆ ਦੀਦੀ ਅਬ ਹੱਸੂ ਮੈਂ ਇਸ ਬਾਤ ਪੇ ਉਹ ਮੈਨੂੰ ਨਾਲ ਹੀ ਕਹਿ ਦੇਗੀ ਤੇ ਮੈਨੂੰ ਹੁੰਦਾ ਯਾਰ ਪਲੀਜ਼ ਚੁੱਪ ਰਹਿ ਮੇਰੀ ਬੇਇੱਜ਼ਤੀ ਤੇ ਨਾ ਨਾ ਕਰਾ ਜਾਂ ਮੇਰੇ ਕੰਨ 'ਚ ਕਹਿ ਦੇਗੀ ਹੱਸਣਾ ਤਾਂ ਇਸ ਬਾਤ ਪੇ ਹੱਸੋ ਅਬ ਆਪਕੀ ਫਰੈਂਡਸ ਨਾ ਹੱਸੋ ਆਪ ਠੀਕ ਹੈ ਠੀਕ ਹੈ ਇਹਦੇ ਨਾਲ ਹੀ ਆਪਣਾ ਜਿਹੜਾ ਪੁੱਠੇ ਸਵਾਲ ਵਾਲਾ ਸੈਗਮੈਂਟ ਵੀ ਇੱਥੇ ਹੀ ਖਤਮ ਹੁੰਦਾ ਤੇ ਸਲੋਨੀ ਤੁਸੀਂ ਕੀ ਤਿਆਰੀ ਕਰਕੇ ਬੈਠੇ ਸੀਗੇ ਕਿ ਆਉਂਦੇ ਬਸ ਕੱਲੀ ਕੱਲੀ ਚੀਜ਼ ਚਿਣ ਕੇ ਉਵੇਂ ਹੀ ਰੱਖਦੇ ਹੁੰਦੇ ਹੋ ਕਿ ਸਾਡੀ ਸਕ੍ਰਿਪਟ ਜਾਂ ਸਾਡੇ ਜਿਹੜੇ ਸੀਗਾ ਕਨਸੈਪਟ ਪਹਿਲਾਂ ਹੀ ਪਹੁੰਚ ਗਿਆ ਤੁਹਾਡੇ ਕੋਲੇ
ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਬੰਦਾ ਬਹੁਤ ਅਨਆਰਗੇਨਾਈਜ਼ਡ ਆ, ਮੈਨੂੰ ਆਪ ਨਹੀਂ ਪਤਾ ਹੁੰਦਾ, ਮੈਂ ਬਿਨਾਂ ਸੋਚੇ ਬੋਲ ਦਿੰਦੀ ਹਾਂ, ਮੈਨੂੰ ਨਹੀਂ ਪਤਾ ਹੁੰਦਾ ਮੈਂ ਕੀ ਬੋਲਣਾ। ਪਰ ਹਾਂ, ਹੁਣ ਜੇ ਤੁਸੀਂ ਕਹੋਗੇ ਕਿ 2 ਘੰਟੇ ਦਾ ਸ਼ੋਅ ਹੈ, ਭਾਵੇਂ 5 ਘੰਟੇ ਦਾ, ਆਪਾਂ ਗੱਲਾਂ ਪੂਰੀਆਂ ਕਰਾਂਗੇ, ਮੈਂ ਥੱਕਦੀ ਨਹੀਂ। ਮੈਨੂੰ ਨਾ ਕਈ ਵਾਰ ਸਾਰੇ ਕਹਿੰਦੇ ਆ, ਜਿੱਦਾਂ ਮੋਬਾਈਲ ਦੇ ਵਿੱਚ ਸਟੈਪਸ ਦਾ ਹੁੰਦਾ ਨਾ ਕਾਊਂਟ ਕਰਨ ਦਾ ਕਿ ਕਿੰਨੇ ਸਟੈਪਸ ਤੁਸੀਂ ਚੱਲਦੇ ਹੋ, ਤੇ ਮੇਰੀ ਫਰੈਂਡਸ ਕਹਿੰਦੀਆਂ ਜੇ ਕਿਤੇ ਵਰਡਸ ਦਾ ਵੀ ਹੋਏ ਨਾ ਵੀ ਕਿੰਨੇ ਵਰਡਸ ਬੋਲੇ, ਕਹਿੰਦੇ ਤੁਸੀਂ ਮੋਬਾਈਲ ਦਾ ਸਾਰਾ ਰਿਕਾਰਡ ਤੋੜ ਦੇ, ਤੇ ਮੈਂ ਪਤਾ ਨਹੀਂ, ਮੈਨੂੰ ਚੁੱਪ ਨਹੀਂ ਰਿਹਾ ਜਾਂਦਾ। ਜਦੋਂ ਮੈਂ ਚੁੱਪ ਰਹਿੰਦੀ ਨਾ, ਮੈਨੂੰ ਇੱਦਾਂ ਔਖਾ ਲੱਗਦਾ, ਬੋਰਿੰਗ ਲੱਗਦਾ, ਮੈਨੂੰ ਲੱਗਦਾ ਹਾਏ ਮੈਂ ਚੁੱਪ ਕਿਉਂ। ਅੱਛਾ, ਤੇ ਸਲੋਨੀ ਜਿਵੇਂ ਤੁਸੀਂ ਇਸ ਲਾਈਨ ਚ ਆ ਗਏ ਹੋ, ਤਾਂ ਜਦ ਆਉਣਾ ਸੀਗਾ ਕਿੰਨੀ ਕੁ ਮੁਸ਼ਕਲ ਆਈ ਸੀ ਤੁਹਾਨੂੰ, ਜਾਂ ਕਿਹੜੇ ਤੁਹਾਨੂੰ ਕੁੜੀਆਂ ਨੂੰ ਕੀ ਫੇਸ ਕਰਨਾ ਪੈਂਦਾ, ਕਿਉਂਕਿ ਤੁਸੀਂ ਕਈਆਂ ਲਈ ਰੋਲ ਮਾਡਲ ਵੀ ਹੋ। ਥੈਂਕ ਯੂ ਸੋ ਮੱਚ। ਮੁਸ਼ਕਿਲ ਵੈਸੇ ਮੈਂ ਸੱਚ ਦੱਸਾਂ, ਮੈਂ ਉੱਪਰ ਵਾਲੇ ਦੀ ਮਿਹਰ ਰਹੀ ਹੈ, ਮੇਰੇ ਪੇਰੈਂਟਸ ਦੀ ਮੈਨੂੰ ਬਹੁਤ ਸਪੋਰਟ ਰਹੀ, ਮੇਰੀ ਫੈਮਿਲੀ ਦੀ ਮੈਨੂੰ ਬਹੁਤ ਸਪੋਰਟ ਰਹੀ ਹੈ। ਜੇ ਮੈਂ ਕਹਾਂ ਨਾ ਮੁਸ਼ਕਿਲ ਹੈ, ਵੀ ਮੈਂ ਝੂਠ ਬੋਲਾਂ ਜਦੋਂ ਮੈਂ ਕਹਿਦਾ ਕਿ ਬਹੁਤ ਸਟਰਗਲ ਕੀਤਾ ਜਾਂਦਾ ਕੀਤਾ, ਮੈਨੂੰ ਕਹਿ ਲਓ ਕਿ ਬਲੈਸਿੰਗ ਸੀਗੀਆਂ ਮੇਰੇ ਘਰਦਿਆਂ ਦੀਆਂ ਜਾਂ ਉੱਪਰ ਵਾਲੇ ਦੀਆਂ ਜਾਂ ਸਾਰਿਆਂ ਦੀਆਂ, ਜਿਹਨਾਂ ਨਾਲ ਮੈਂ ਕਦੀ ਗਲਤੀ ਨਾਲ ਚੰਗਾ ਕਰਤਾ ਹੋਏਗਾ। ਤੇ ਮੈਨੂੰ ਬਸ ਕਹਿ ਲਓ ਜਾਨ ਦੀ ਦੇਰ ਸੀਗੀ ਇੰਡਸਟਰੀ ਦੇ ਵਿੱਚ, ਤੇ ਤੁਹਾਨੂੰ ਇੰਨਾ ਪਿਆਰ ਪਰੋਸਦੇ ਸੀਗੇ ਕਿ ਕੋਈ ਐਸੀ ਦਿੱਕਤ ਨਹੀਂ ਆਈ ਮੈਨੂੰ। ਬਾਕੀ ਮੈਂ ਸਮਝਦੀ ਆ ਕਿ ਜਦੋਂ ਤੱਕ ਫੈਮਿਲੀ ਦੀ ਸਪੋਰਟ ਨਹੀਂ ਹੁੰਦੀ, ਗੱਲ ਨਹੀਂ ਬਣਦੀ, ਤੇ ਮੈਨੂੰ ਟੱਚ ਫੈਮਿਲੀ ਦੀ ਹੱਦ ਨਾਲੋਂ ਵੱਧ ਸਪੋਰਟ ਸੀਗੀ। ਕਈ ਵਾਰ ਮੈਨੂੰ ਏਦਾਂ ਲੱਗਦਾ ਸੀਗਾ ਮੈਂ ਸ਼ੋਅ ਚ ਜਾਵਾਂ ਕਿ ਨਾ ਜਾਵਾਂ, ਤੇ ਮੈਨੂੰ ਇੰਨਾ ਬੂਸਟ ਅਪ ਕਰਦੇ ਸੀ, ਨਹੀਂ ਯੂ ਕੈਨ ਡੂ ਇਟ, ਤੇ ਮਤਲਬ ਇੰਨਾ ਜ਼ਿਆਦਾ ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਸੀਗਾ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਮੈਨੂੰ ਇਸ ਕਰਕੇ ਟੱਚ ਵੁੱਡ ਕੋਈ ਪ੍ਰੋਬਲਮ ਨਹੀਂ ਆਈ, ਤੇ ਕਿਤੇ ਨਾ ਕਿਤੇ ਦੁਆਵਾਂ ਲੱਗਦੀਆਂ ਹੀ ਨੇ। ਸਲੋਨੀ, ਹੁਣ ਜਿਹੜਾ ਆਪਾਂ ਸ਼ੋਅ ਨੂੰ ਰੈਪ ਅਪ ਵੀ ਕਰਨਾ ਵਾ, ਤੇ ਮੇਰਾ ਇੱਕ ਲਾਸਟ ਤੁਹਾਨੂੰ, ਅੱਛਾ ਹੋਰ ਖਿੱਚ ਕੇ ਲੰਬਾ ਥੋੜਾ ਜਿਹਾ, ਹਾਂਜੀ ਕਰ ਲਓ ਗੱਲਾਂ, ਤੇ ਪਤਾ ਨਹੀਂ ਕਦੋਂ ਆਪਣਾ ਗਾਣੀਆਂ। ਠੀਕ ਹੈ ਠੀਕ ਹੈ, ਉਹਨਾਂ ਨੇ ਤੁਹਾਨੂੰ ਝਿੜਕਾ ਦੇਣੀਆਂ, ਪਿੱਛੇ ਕ੍ਰੀਏਟਿਵ ਟੀਮ ਨੇ ਤੁਹਾਨੂੰ ਝਿੜਕਾ ਦੇਣੀਆਂ, ਤੁਸੀਂ ਅੱਛਾ ਰੈਪ ਅਪ ਕਰ ਦਿਓ, ਕੋਈ ਗੱਲ ਨਹੀਂ। ਹਾਂਜੀ, ਤੇ ਇੱਕ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆ ਨਵੀਂ ਕਮੇਟੀ ਚ ਆਉਣਾ ਚਾਹੁੰਦੇ ਨੇ? ਮੈਂ ਬਹੁਤ ਛੋਟੀ ਹਾਂ, ਮੈਂ ਕੁਛ ਵੀ ਨਹੀਂ, ਜੇ ਮੈਂ ਕਿਸੇ ਨੂੰ ਕੋਈ ਗੱਲ ਹੈ ਨਾ ਕਹਿ ਸਕਾਂ ਜਾਂ ਸੁਜੈਸਟ ਕਰ ਸਕਾਂ ਜਾਂ ਕਹਿ ਲਓ ਐਡਵਾਈਸ ਕਰ ਸਕਾਂ, ਪਰ ਮੈਂ ਦਿਲੋਂ ਇੱਕ ਗੱਲ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਪਲੀਜ਼ ਜੋ ਤੁਹਾਡਾ ਦਿਲ ਕਰਦਾ ਨਾ, ਜੋ ਤੁਸੀਂ ਆਪਣੀਆਂ ਇੱਛਾਵਾਂ ਨੇ ਉਹ ਪੂਰੀਆਂ ਕਰੋ, ਜਾਂ ਕਿਸੇ ਦਾ ਚੰਗਾ ਕਰੋ ਤੇ ਤੁਹਾਨੂੰ ਚੰਗਾ ਹੀ ਵਾਪਸ ਮਿਲੇਗਾ, ਜਾਂ ਉੱਪਰ ਵਾਲੇ ਤੇ ਭਰੋਸਾ ਰੱਖੋ, ਤੁਸੀਂ ਜੋ ਡਿਜ਼ਰਵ ਕਰਦੇ ਤੁਹਾਨੂੰ ਵਾਪਸ ਜ਼ਰੂਰ ਮਿਲੇਗਾ। ਕਿਸੇ ਵੀ ਫੀਲਡ ਵਿੱਚ, ਜ਼ਰੂਰੀ ਨਹੀਂ ਕਾਮੇਡੀ ਦੇ ਵਿੱਚ ਜਾਂ ਐਂਟਰਟੇਨਮੈਂਟ ਦੇ ਵਿੱਚ, ਕਿਸੇ ਵੀ ਫੀਲਡ ਵਿੱਚ ਤੁਸੀਂ ਜੇ ਦਿਲੋਂ ਸੋਚ ਰਹੇ ਹੋ ਨਾ, ਜਾਂ ਕਹਿ ਲਓ ਕਿ ਤੁਸੀਂ ਦੇ ਕਰਮ ਅੱਛੇ ਕੀਤੇ ਨੇ, ਤੁਹਾਨੂੰ ਅੱਛਾ ਜ਼ਰੂਰ ਮਿਲੇਗਾ, ਮੈਂ ਇਹ ਮੰਨਦੀ ਹਾਂ। ਬਿਲਕੁਲ, ਗੋ ਫੋਰ ਇਟ, ਯੈਸ, ਇਹ ਬਹੁਤ ਸੋਹਣੀ ਗੱਲ ਕਹੀ ਹੈ। ਕੋਈ ਇੱਕ ਵਰਡ ਜਾਂ ਦੋ ਵਰਡ ਕੁੜੀਆਂ ਲਈ ਡਿਸਕ੍ਰਾਈਬ ਕਰਨਾ ਹੋਵੇ ਤਾਂ ਜਾਂਦੇ ਜਾਂਦੇ? ਯੂ ਆਰ ਦ ਬੈਸਟ, ਯੂ ਪਰਫੈਕਟ, ਯੂ ਆਰ ਦ ਬੈਸਟ, ਫੀਮੇਲਸ ਆਲਵੇਸ ਬੈਸਟ। ਹਾਂਜੀ, ਤੇ ਇਹਦੇ ਨਾਲ ਹੀ ਸਲੋਨੀ ਤੁਹਾਡੇ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗਿਆ ਕਿ ਇੱਕ ਜਿਹੜੇ ਛੋਟੀ ਜਿਹੀ ਉਮਰ ਵਿੱਚ ਇੰਨੀਆਂ ਗੱਲਾਂ ਆਉਣੀਆਂ, ਉਹ ਵੀ ਇੰਨੇ ਸੋਹਣੇ ਤਰੀਕੇ ਨਾਲ ਆਉਣੀਆਂ, ਤੇ ਆਡੀਅੰਸ ਨੂੰ ਅਹਿਸਾਸ ਆ ਦੂਰਾ ਤੀਰਾ ਕਰ ਦੇਣਾ, ਇਹ ਵੀ ਕਿਸੇ ਕਿਸੇ 'ਚ ਕਲਾ ਹੁੰਦੀ ਹੈ। ਮੈਂ ਤੁਹਾਨੂੰ ਦੱਸਾਂ, ਮੇਰੀ ਉਮਰ ਵੀ ਛੋਟੀ ਨਹੀਂ ਹੈਗੀ, ਮੇਰੀ ਹਾਈਟ ਹੀ ਛੋਟੀ ਹੈ। ਅੱਛਾ ਜੀ, ਜਿਹੜੀ ਕਮੇਡੀ 'ਚ ਹੈ ਨਾ, ਜਿਹੜੇ ਉਹਦੇ 'ਚ ਉਮਰ ਸਭ ਦੀ ਛੋਟੀ ਹੀ ਰਹਿੰਦੀ ਹੁੰਦੀ ਹੈ, ਕਿਉਂਕਿ ਕਮੇਡੀ ਸਟਾਰਟ ਕਰਨੀ ਤਾਂ ਬਹੁਤ ਬਹੁਤ ਔਖੀ ਚੀਜ਼ ਹੈ, ਮੈਨੂੰ ਇਹ ਲੱਗਦਾ ਕਮੇਡੀ ਸਭ ਤੋਂ ਔਖਾ ਟਾਸਕ ਹੈ ਜੀ। ਔਖੀ ਹੈ, ਜੇ ਤੁਹਾਡਾ ਤੁਸੀਂ ਸਟੇਜ ਦੇ ਉੱਤੇ ਕੋਈ ਇੱਕ ਪੰਚ ਸੁਣਾਉਂਦੇ ਹੋ ਤੇ ਜੋ ਫਲੈਟ ਜਾਂਦਾ ਨਾ ਯਾਰ, ਰਿਸਪੌਂਸ ਨਹੀਂ ਆਉਂਦਾ, ਤੇ ਅਗਲੇ ਪੰਜ ਤੁਹਾਡੇ ਫਲੈਟ ਜਾਂਦੇ ਨੇ। ਮਤਲਬ ਕਾਮੇਡੀ ਜਿਹੜੇ ਨਾਲ ਮੇਰੇ ਆਰਟਿਸਟ ਨੇ ਕਾਮੇਡੀ ਕਰਦੇ ਨੇ, ਉਹ ਇਸ ਚੀਜ਼ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਕਾਮੇਡੀ ਇਜ਼ ਰੀਲੀ ਟਫ, ਤੁਸੀਂ ਉਹੀ ਜੋਕ ਰਿਪੀਟ ਨਹੀਂ ਕਰ ਸਕਦੇ ਜਾਂ ਤੁਸੀਂ ਉਹੀ ਗੱਲ ਬਾਰ ਬਾਰ ਨਹੀਂ ਸੁਣਾ ਸਕਦੇ। ਬਿਲਕੁਲ ਬਿਲਕੁਲ, ਕੰਟੈਂਟ ਉਹੀ ਕਿ ਕੰਟੈਂਟ ਹਰ ਵਾਰ ਇੱਕ ਨਵਾਂ ਹੋਣਾ ਚਾਹੀਦਾ। ਤੇ ਹੁਣ ਥੈਂਕ ਯੂ ਸਲੋਨੀ, ਤੁਸੀਂ ਟਾਈਮ ਕੱਢਿਆ, ਆਪਦਾ ਕੰਮ ਨੂੰ ਛੱਡ ਕੇ ਸਾਡੇ ਲਈ ਟਾਈਮ ਕੱਢਿਆ, ਥੈਂਕ ਯੂ ਵੈਰੀ ਮੱਚ ਸਾਡੇ ਨਾਲ ਜੁੜੇ। ਤੇ ਇਹਦੇ ਨਾਲ ਹੀ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੇ ਥੈਂਕ ਯੂ ਵੈਰੀ ਮੱਚ ਵਨਸ ਅਗੇਨ। ਮੈਂ ਇਜਾਜ਼ਤ ਨਹੀਂ ਦਿੱਤੀ, ਥੈਂਕ ਯੂ ਸੋ ਮੱਚ ਜੀ, ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਅੱਛਾ ਲੱਗਾ। ਮੈਨੂੰ ਪਤਾ ਟਾਈਮ ਦੀ ਸ਼ੋਰਟੇਜ ਆ, ਤੁਸੀਂ ਹੋਰ ਵੀ ਸ਼ੋਅਜ਼ ਕਰਨੇ ਆ, ਤੇ ਬਟ ਮੈਨੂੰ ਸੀਰੀਅਸਲੀ ਬਹੁਤ ਅੱਛਾ ਲੱਗਾ। ਫਰੋਮ ਦੀ ਬੋਟਮ ਆਫ ਮਾਈ ਹਾਰਟ ਮੈਂ ਇਹ ਕਹਿਣਾ ਚਾਹਾਂਗੀ ਕਿ ਧੰਨਵਾਦ ਤੁਹਾਡਾ ਦਿਲੋਂ, ਤੁਹਾਡੀ ਪੂਰੀ ਟੀਮ ਦਾ, ਤੁਹਾਡੇ ਪੂਰੇ ਚੈਨਲ ਦਾ ਧੰਨਵਾਦ, ਕਿ ਤੁਸੀਂ ਤਰੱਕੀਆਂ ਕਰੋ ਤੇ ਆਪਾਂ ਜਲਦੀ ਮਿਲਾਂਗੇ, ਤੇ ਸਾਰਿਆਂ ਨੂੰ ਥੈਂਕ ਯੂ, ਬਾਏ ਬਾਏ। ਥੈਂਕ ਯੂ ਵੈਰੀ ਮੱਚ, ਬਾਏ ਬਾਏ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਲੋਨੀ ਸਰੀਨ ਜੀ ਸਾਡੇ ਨਾਲ ਜੁੜਨ ਲਈ। ਦਰਸ਼ਕੋ, ਅੱਜ ਆਪਾਂ ਗੱਲ ਕੀਤੀ ਸਲੋਨੀ ਸਰੀਨ ਜੀ ਨਾਲ, ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਜਿਨ੍ਹਾਂ ਨੇ ਇਕੱਲੇ ਸਵਾਲ ਦਾ ਜਵਾਬ ਦਿੱਤਾ ਅਤੇ ਆਪਾਂ ਨੂੰ ਖੂਬ ਹਸਾਇਆ। ਮੈਂ ਜਿਵੇਂ ਪ੍ਰੋਮਿਸ ਕੀਤਾ ਸੀ ਸ਼ੋਅ ਦੇ ਸਟਾਰਟ ਵਿੱਚ ਵੀ ਕਿ ਇਹ ਬਹੁਤ ਹੀ ਵਧੀਆ ਆਰਟਿਸਟ ਨੇ, ਇੰਟਰਵਿਊ ਖੁਦ ਵੀ ਕੀਤੀਆਂ ਨੇ ਅਤੇ ਅੱਜ ਪਹਿਲੀ ਵਾਰ ਇਹਨਾਂ ਦੀ ਇੰਟਰਵਿਊ ਮੈਂ ਕਰ ਰਿਹਾ ਵਾਂ,
ਤੇ ਨਾਲ ਹੀ ਹੁਣ ਆਪਾਂ ਸ਼ੋਅ ਨੂੰ ਜਿਹੜਾ ਸਮਾਪਤ ਕਰਦੇ ਹਾਂ ਅਤੇ ਅਗਲੀ ਵਾਰ ਮਿਲਾਂਗੇ ਕਲੱਬ ਦੇ ਨਵੇਂ ਮੈਂਬਰ ਨਾਲ। ਕਿਤੇ ਨਾ ਜਾਇਓ, ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।